ਮੇਰੀ ਆਪਣੀ ਰਿਟਾਇਰਮੈਂਟ ਨੂੰ ਕੁਝ 2 ਸਾਲ ਰਹਿ ਗਏ ਸੇਖੋਂ ਸਾਹਿਬ। ਸੋਚਿਆ ਸੀ ਇਹ ਵੀ ਸੁੱਕੀ ਸਾਂਦੀ ਨਿਕਲ ਜਾਣਗੇ, ਪਰ ਬਾਬੂਆਂ ਦਾ ਹੁਕਮ ਸੀ, ਉਹਨਾਂ ਦਾ ਸਿਰ ਮੜਿਆ ਸਿਰ ਮੱਥੇ। ਨੌਕਰੀ ਹੈ ਜੀ, ਨੌਕਰੀ 'ਚ ਕਾਹਦਾ ਨਖਰਾ। ਸੇਖੋਂ ਸਾਹਿਬ, ਮੈਂ ਤੁਹਾਨੂੰ 1-2 ਦਿਨਾਂ 'ਚ ਫੋਨ ਕਰਨਾ ਹੀ ਸੀ। ਚੰਗਾ ਕੀਤਾ ਜੋ ਤੁਸੀਂ ਖੁਦ ਹੀ ਆ ਗਏ। ਆ ਪਿਛਲੇ ਦਿਨੀ ਜੋ ਕੁਛ ਵੀ ਵਾਪਰਿਆ ਬਹੁਤ ਮਨ ਭਾਗਾ ਸੀ, ਤੁਹਾਡੇ ਲਈ ਵੀ ਅਤੇ ਫੈਡਰੇਸ਼ਨ ਲਈ ਵੀ। ਫੈਡਰੇਸ਼ਨ ਨੂੰ ਤਾਂ ਖਾਸ ਹੀ ਨਮੋਸ਼ੀ ਚੱਲਣੀ ਪਈ। ਤੁਹਾਡੀ ਜੋ ਇਸ ਅਦਾਰੇ ਨੂੰ ਅਤੇ ਬਾਕਸਿੰਗ ਨੂੰ ਦੇਣ ਹੈ, ਉਸ ਨੂੰ ਤਾਂ ਸਾਰਾ ਮੁਲਕ ਜਾਣਦਾ ਹੈ, ਪਰ ਤੁਹਾਡੇ ਨਾਮ ਨੂੰ ਜੋ ਬੱਟਾ ਲੱਗਿਆ ਉਸ ਕਰਕੇ ਅਸੀਂ ਸਾਰੇ ਬਹੁਤ। ਮੇਰੀ ਫੈਡਰੇਸ਼ਨ ਵੱਲ ਕੁਛ ਮਹੀਨਿਆਂ ਦੀ ਤਨਖਾਹ ਬਾਕੀ ਆ, ਆਪਦੀ ਅਰਜ਼ੀ ਦੇਣ ਆਇਆ ਸੀ। ਡੋਪਿੰਗ ਸਕੈਂਡਲ ਮੇਂ ਬੇਇੱਜ਼ਤ ਹੋਏ ਬਰਿਆਮ ਸਿੰਘ ਸੇਖੋਂ ਸੇ ਬਾਕਸਿੰਗ ਫੈਡਰੇਸ਼ਨ ਨੇ ਅਸਤੀਫਾ ਲਿਆ। ਇੰਡੀਅਨ ਬਾਕਸਿੰਗ ਕੋਚ ਬਰਿਆਮ ਸਿੰਘ ਸੇਖੋਂ ਡੋਪਿੰਗ ਦੇ ਦੋਸ਼ਾਂ ਵਿੱਚ ਘਿਰੇ। ਉੱਥੋਂ ਦਾ ਨਾਂ ਕਾਮਨਵੈਲਥ ਗੇਮਸ ਦੀ ਫਾਈਨਲ ਟੀਮ ਸਿਲੈਕਸ਼ਨ ਤੋਂ ਕੁਝ ਹੀ ਪਲ ਪਹਿਲਾਂ ਇੱਕ ਸ਼ਰਮਨਾਕ ਡੋਪਿੰਗ ਸਕੈਂਡਲ ਵਿੱਚ ਸਾਹਮਣੇ ਆਇਆ। ਤੁਹਾਨੂੰ ਬਹੁਤ ਯਾਦ ਕਰਦੇ ਆ ਸਰ, ਗੇਮ ਨੂੰ ਤੁਹਾਡੀ ਲੋੜ ਹੈ। ਗੇਮ ਨੂੰ ਤਾਂ ਜ਼ਿੰਦਗੀ ਦੇ ਦਿੱਤੀ। ਰੌਕੀ ਆਪਣਾ ਕੀਤਾ ਭੋਗ ਰਿਹਾ ਸਰ, ਉਹਦੇ ਹਾਲਾਤਾਂ ਲਈ ਤੁਸੀਂ ਜ਼ਿੰਮੇਵਾਰ ਨਹੀਂ। ਇੰਡੀਆ ਕੈਂਪ ਆ, ਤੇਰੇ ਪਿੰਡ ਦਾ ਅਖਾੜਾ ਨਹੀਂ। ਇੱਥੇ ਪਲੇਅਰ ਮੁਲਕ ਲਈ ਤੇ ਰੋਜ਼ਗਾਰ ਲਈ ਖੇਡਦੇ ਆ, ਤੂੰ ਇਸ ਕੈਂਪ ਦੇ ਲਾਇਕ ਨਹੀਂ। ਜਾ ਜਾ ਕੇ ਪਾਰਕਾਂ ਕਾਲਜਾਂ 'ਚ ਆਪਣਾ ਜੱਟਪਣਾ ਵਿਖਾ, ਦਫਾ ਹੋ ਜਾ ਇੱਥੋਂ, ਆਊਟ। ਛੱਤਾਂ ਢੈਂਦੀਆਂ ਨੇ ਪ੍ਰੀਤ, ਹਾਏ ਮੈਂ ਮਰ ਗਿਆ। ਉਹ ਖੜਜਾ ਸਾਲਿਆ, ਖੜਜਾ ਸਾਲਿਆ, ਰੋਕੀ ਛੱਡ, ਟੱਪ ਲੈਣ ਦੇ ਛੱਤਾਂ ਟੈ ਗਈਆਂ ਅੰਦਰ। ਉਹ ਦਿਲਾ ਅੰਬਰ ਟੈ ਜੇ, ਤੇਰੇ ਨੀ ਝਰੀਟ ਪੈਣ ਦਿੰਦੇ। ਰੋਕੀ ਮਲਫਾ ਫੇਦੂਗਾ, ਹਟਦਾ ਨੀ ਬੰਦਾ। ਬਣ ਕੀ ਚੱਲ ਖਿਲਾਰੀ ਆ। ਉਹ ਪ੍ਰੀਤ ਲਾਡੋ ਸਾਲਿਆ, ਮੈਂ ਐਵੇਂ ਕਮਲ ਕੁੱਟਦਾ ਸੀ, ਹੈ ਸਾਲਾ ਕੁੱਤੇ ਦਾ, ਤਰਾਹ ਕੱਢਤਾ ਮੇਰਾ। ਸਾਲਿਆ ਟਾਈਮ ਵੇਖ ਕੇ ਮਰ ਲਿਆ ਕਰ, ਤੂੰ ਯਾਰੀ ਵਾਲੇ ਵੀ ਹੱਦਾਂ ਬੰਨੇ ਟੱਪ ਗਿਆ। ਰੋਕੀ ਹੱਦਾਂ ਬੰਨੇ ਤਾਂ ਜਾਣੇ ਮੇਰੀ, ਇਹ ਤਾਂ ਟੱਪਣੇ ਸੀ। ਵੇ ਰੋਕੀ ਵੇ ਮੈਨੂੰ ਛੱਡ ਦੇ, ਵੇ ਵੇ ਮੈਨੂੰ ਟੱਪ ਲੈਣ ਦੇ, ਸਾਡੇ ਮਹਿਲ ਮਨਾਰੇ ਟੱਪ ਗਏ। ਅੰਮ੍ਰਿਤ ਵੇਲੇ ਸੋਲੇ ਨਾ ਸੁਣ ਲਈ ਤੂੰ। ਨਾ ਵੀਰਾ ਨਾ, ਗਾਲ ਨਾ ਕੱਢੀ, ਲਾਗੇ ਨਾ ਬਹਿ ਮੇਰੇ, ਮੇਰੇ ਬਹੁਤ ਰੜਕਦਾ ਤੂੰ। ਅੱਖਾਂ 'ਚ ਪਾਉਣਾ ਸਾਲੀ ਜਨਾਨੀ ਜਹੀ, ਵੇਖਾ ਨਖਰੇ। ਚੱਲ ਖੜਾ ਹੋ, ਰਨਿੰਗ 'ਤੇ ਚੱਲੀਏ, ਤੇਰੇ ਮਰਦੇ ਲਈ ਨਾ ਪੈਰ ਪੁੱਟਾਂ। ਵਾਹਿਗੁਰੂ।
ਗੁੜੀਆ ਰੇ ਗੁੜੀਆ ਯਾਰ ਜਾ ਯਾਰ ਸਾਲੀ ਜੋਕ ਜੀ ਕੈਂਪ ਨਹੀਂ ਲਾਉਣਾ ਕੈਂਪ ਤਾਂ ਮੇਰੀ ਪਿਆਰੀ ਗੁੜੀਆ ਕਦੇ ਨਿਬੜ ਲੇ ਕੋਚ ਸਾਹਿਬ ਨੇ ਕੱਢਤਾ ਕੀ ਗੱਲ ਹੋ ਗਈ ਠਾਠਾ ਚੱਲੀ ਸੀ ਜੱਟਾ ਪਰਸੋਂ ਰਾਤੀ ਕਿਉਂ ਚੇਤੇ ਨਹੀਂ ਅਖੇਰ ਔਕੀ ਵੀਰੇ ਥਾਂ ਜਮਾਂ ਹੀ ਬਰਾਨ ਹੈ ਇੱਕ ਵਾਰੀ ਆ ਜਾ ਉੱਲੂ ਬੋਲਦੇ ਨੇ ਆ ਬੋਲ ਪਏ ਉੱਲੂ ਅੱਧੀ ਯੂਨੀਵਰਸਿਟੀ ਗਵਾਹੀ ਭਰ ਗਈ ਮੀਡੀਆ ਮੂਹਰੇ ਯਾਰ ਦਵਿੰਦਰ ਬਾਈ ਕਹਿੰਦਾ ਸੀ ਕਿ ਆ ਕੀ ਪੁੱਠੇ ਚਾਲੇ ਫੜੇ ਨੇ ਓਏ ਨਾ ਇਹ ਕਿਹੋ ਜਿਹੀਆਂ ਯਾਰੀਆਂ ਨੇ ਮੈਨੂੰ ਨਾ ਪੈ ਨਾ ਤੈਨੂੰ ਨਾਲ ਨਾਲ ਲਈ ਫਿਰਦਾ ਸੀ ਸਾਲਾ ਅੱਗੇ ਵੀ ਮੇਰੇ ਅੱਖੇ ਲੜਦਾ ਰਿਹਾ ਹਨਾ ਵੇ ਡਾਡਿਆ ਡਾਢਾ ਹੀ ਹਨੇਰੇ ਡਾਢਾ ਹੀ ਹਨੇਰੇ ਇੱਕ ਤਾਂ ਮੇਰੇ ਸਾਲਿਆਂ ਲਈ ਹੱਡ ਬਣਾਓ ਉੱਤੋਂ ਮੇਰੇ ਸਾਲੇ ਤੋਂ ਤਲਾਉਂਦੇ ਨੇ ਕਹਿਰ ਤੁੜੀ ਵੇ ਮਾਲ ਕਹਿਰ ਤੁੜੀ ਚੱਲ ਉੱਠੋਏ ਇੱਕ ਮਿੰਟ ਲਾ ਝੁੱਟੀ ਮਾਰ ਰੋਕੀ ਖੇੜੇ ਨਾ ਪੈ ਆਪਦੇ ਹੋਸਟਲ ਵਗ ਜਾ ਅੱਖ ਪੁੱਟਦਿਆਂ ਮੈਨੂੰ ਦਿਸਣਾ ਨਹੀਂ ਚਾਹੀਦਾ ਹਾਏ ਵੇ ਤੇਰੀਆਂ ਹੀ ਅੜਬਾਈਆਂ ਮਾਰਦੀਆਂ ਨੇ ਚੰਦਰਿਆ ਰਨਿੰਗ ਤਾਂ ਤੂੰ ਸਾਲਿਆ ਕਿਵੇਂ ਨਹੀਂ ਕਰੇਗਾ ਚੱਲ ਬਈ ਪੁੱਤਰੀ ਹੋ ਖੜਾ ਰੋਕੀ 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 ਕੀ ਕਰ ਰਿਹਾ ਸਾਲਿਆ ਛੱਡ ਯਾਰ ਚੱਲ ਬਈ ਔਰ ਪੰਤੂ ਕੁੱਤਿਆ ਤੇਰੇ ਛੱਡ ਸਾਲਾ ਹਵਾ ਤੇਜ਼ ਆ ਕਿਤੇ ਸੱਟ ਨਲ ਵਾਲੀ ਇਹ ਨਹੀਂ ਟਲਦਾ ਜੀ ਇਹ ਚ ਪੂਰਾ ਡਰ ਨਹੀਂ ਬਾਕਸਰ ਤਾਂ ਬਥੇਰੇ ਵੇਖੇ ਆ ਹਵਾ ਚ ਮੁੱਕੇ ਵਰਾਉਣ ਵਾਲੇ ਪਹਿਲੀ ਦਫਾ ਵੇਖੇ ਇਹਨੂੰ ਕਹਿੰਦੇ ਆ ਬਾਅਦ ਦੇਸੀ ਭਾਸ਼ਾ ਚ ਕੁੱਤੇ ਖੱਸੀ ਕਰਨਾ ਗੱਡੀਆਂ ਮਗਰ ਭੌਂਕਦੀ ਤਾਂ ਬਥੇਰੀ ਦੇਖੀ ਸੀ ਆ ਗੱਡੀ ਵਿੱਚ ਬੈਠੀ ਭੌਂਕਦੀ ਕਤੀੜ ਪਹਿਲੀ ਦਫਾ ਦੇਖ ਰਿਹਾ ਹੇ ਵਾਟ ਦ ਹੈਲ I'm seriously done with these house parties, man. Ibs, appa Delhi chaliye. Main apna late winter wardrobe bhi update karna hai, you know. So, seriously? Aa jehda hawa ch firdi hai na, zuban chhad, hath chalaune sikh. Ek assi bhi be takkar gaye, hathre tan breek kut. ਪਿੰਦ ਚ ਭੋਰ ਦੇਣ ਅੱਛਾ ਜੀ ਕੋਈ ਹੋਰ ਸਲਾਹ ਸੱਜਣਾ ਨੂੰ ਪਟੇ ਤੇ ਰੱਖਿਆ ਕਰ ਹਲਕੇ ਹੋਏ ਨੇ ਓਏ ਹੱਥ ਕਿਵੇਂ ਲਾਇਆ ਇਹਨੂੰ ਕਹਿੰਦੇ ਨੇ ਬਾਦਲ ਦੇਸੀ ਭਾਸ਼ਾ ਚ ਕੁੱਤੇ ਖੱਸੀ ਕਰਨ ਇਹਨੂੰ ਵੀ ਮੇਰੇ ਅੱਖ ਹੀ ਮਾਰਿਆ ਨਾ ਪਹਿਲਾਂ ਤੂੰ ਖੇਪੜ ਲਾ ਕੋਈ ਹੋਰ ਗੁਰ ਸਿੱਖਣਾ ਤਾਂ ਦੱਸ ਦਬੇੜਾ ਪਾਲੀ ਤੱਕ ਚੱਲੀਏ ਮੈਂ ਕਹਿੰਦਾ ਘੁੱਟ ਘੁੱਟ ਹੋਰ ਲਾਉਂਦੇ ਹਾਂ ਮੇਰੀ ਤਾਂ ਪਹਿਲਾਂ ਹੀ ਜ਼ਿਆਦਾ ਹੋ ਗਈ ਚੱਲ ਭਾਈ ਸਾਹਿਬ ਰੋਹ ਤੱਕ ਇੱਕ ਮਾਨਸ ਹੈ ਬੋਲੂ ਕੌਣ ਸਾ ਕਮਰਾ ਉਸਕਾ ਪਤਾ ਨਹੀਂ ਬਾਈ 6 ਸਾਲ ਤੇ ਯਹੀ ਰਵਾ ਫਿਰ ਵੀ ਕੋਈ ਨਹੀਂ ਜਾਣਦਾ ਉਸਨੇ ਭਾਈ ਸਾਹਿਬ ਰੋਹ ਤੱਕ ਇੱਕ ਮਾਨਸ ਸਾਹਿਬ ਬੋਲੂ ਪਤਾ ਨਹੀਂ ਵੀਰੇ ਹੈ 6 ਸਾਲ ਤੇ ਯਹੀ ਰਵਾ ਕੋਈ ਨਹੀਂ ਜਾਣਦਾ ਉਸਨੇ ਅਰੇ ਰੋਹ ਤੱਕ ਇੱਕ ਬਾਲਕ ਸਾਹਿਬ ਬੋਲੂ ਕੌਣ ਸਾ ਕਮਰਾ ਉਸਕਾ ਹੈ 6 ਸਾਲ ਤੇ ਇਸੀ ਹੋਸਟਲ ਮੇ ਰਵਾ ਕੋਈ ਨਹੀਂ ਜਾਣਦਾ ਉਸਨੇ ਬੋਲੂ ਓ ਬੋਲੂ ਰੇ ਬੋਲੂ ਅਰੇ ਬਾਬਲਾ ਹੋ ਗਿਆ ਕਿ ਬੋਲੂ ਬੋਲੂ ਲਗਾ ਰੱਖੀ ਹੈ ਹੂੰ ਔਰ ਕਿਤਨਾ ਲੰਕੇਸ਼ ਕਹੂੰ
ਸਤਿ ਸ਼੍ਰੀ ਅਕਾਲ ਬਾਈ ਜੀ। ਰਾਜਦੀਪ ਸਿੰਘ ਧਾਲੀਵਾਲ, ਸੁਣਿਆ ਸਾਡੇ ਧੜੇ ਦਾ ਬਾਈ ਤੂੰ ਮੋਰੀ ਬਣ ਗਿਆ। ਕਰਿੰਦੇ ਵੀ ਬਾਈ ਹੁਣ ਉੱਚਾ ਝਾਕਦੇ ਨੇ, ਇਹ ਭਾਲਦੇ ਨੇ ਰਾਤੋ ਰਾਤ ਲੀਡਰੀ। ਇਹ ਠੀਕ ਹੈ ਯਾਰ, ਵੈਰ ਅਸੀਂ ਕਮਾਉਂਦੇ ਨਿਭਾਉਂਦੇ ਮਰਜ਼ੀ ਹੈ, ਸੁਰੱਖਿਆ 'ਚ ਸਾਲਾ ਤੇਰਾ ਹੀ ਨਾਂ ਬੋਲਦਾ। ਐਂ ਖੱਚਾ ਮਾਰ ਮਾਰ ਤਾਂ ਨਹੀਂ ਆਉਂਦਾ ਤੂੰ ਸੁਰੱਖਿਆ 'ਚ? ਨੀਤ ਮੁਰਾਦ ਦਾ ਹੀਲਾ ਸੁਣ, ਆ ਦੰਦ ਕੱਢਣ ਨੂੰ ਜਿਹੜੇ ਲੱਕੜ ਬੱਗੇ ਰੱਖੇ ਨੇ ਨਾ, ਇਹਨਾਂ ਨੂੰ ਬਾਜ਼ਾਰੀ ਵੇਚ ਵੱਟ ਅਤੇ ਤਿੰਨ ਚਾਰ ਟੀਕੇ ਭਰਾ ਲਿਆ, ਹੱਡਾਂ 'ਚ ਪਾਣੀ ਪੈ ਗਿਆ ਤੇਰੇ। ਨਾਲੇ ਜੇ ਜੁਰਤ ਵੀ ਬਾਜ਼ਾਰੀ ਵਿਕਦੀ ਹੋਵੇ ਨਾ, ਸੌਦਾ ਚੱਕ ਲਈ, ਪੈਸੇ ਮੈਂ ਲਾਊਂ ਪੱਲਿਓਂ। ਬਹੁਤਾ ਨਾ ਤਿੜ ਪੁੱਤ, ਫੈਰ ਤਾਂ ਰਾਜੇ ਮੈਂ ਹੀ ਕੱਢਿਆ ਸੀ। ਫੈਰ ਰਾਜੇ ਤੇਰੇ ਅਰਗੇ ਲਿਫਾਫੇ ਹੀ ਕੱਢਦੇ ਨੇ ਸਾਲਾ, ਟੀਕਿਆਂ ਅਤੇ ਅੰਡਰ 19 ਦੇ ਜਵਾਕ ਹਰਾਉਣਾ, ਚੁਰੀਆਂ ਖਿੜਦੀਆਂ ਤੇਰੇ। ਤੂੰ ਗੇਮ ਛੱਡ, ਫੈਰ ਕੱਢ ਜਿੰਨੇ ਕੱਢ ਹੁੰਦੇ ਨੇ, ਗਾਹਾਂ ਨੂੰ ਤੇਰਾ ਕੰਮ ਪੁੱਤ ਔਖਾ ਹੀ ਹੋਣਾ। ਕਰ ਲਾ ਚੌੜ ਡਾਰਲਿੰਗ, 8 ਸਾਲ ਪੁਰਾਣੀ ਯਾਰੀ ਆ, ਜੀ ਸਦਕੇ ਕਰ, ਤੈਨੂੰ ਮਾਫ ਆ। ਤੂੰ ਦੱਸ ਸੋਹਣਿਆ ਕਿਵੇਂ ਲੰਘ ਦੇਣਾ ਦੇਣਾ? ਬਸ ਬਾਈ ਸੋਹਣੇ ਲੰਘਦੇ। ਸ਼ਾਮੀ ਆ ਜੀ ਸਾਡੇ ਵੱਲ, ਗੱਪ ਸ਼ੱਪ ਮਾਰਾਂਗੇ। ਤੇਰੀਆਂ ਉਰਲੀਆਂ ਪਰਲੀਆਂ ਨੂੰ ਵਿਹਲਾ ਨਹੀਂ ਇਹ। ਕੋਈ ਨਾ ਬਾਈ, ਮੈਂ ਆਉਣਾ ਸ਼ਾਮੀ ਪੱਕਾ। ਕਿਉਂ ਸਾਲੀਆਂ ਝੂਠਾਂ ਨਾਲ ਝੱਖ ਮਾਰਦਾ? ਰੋਕੇ ਹਿਸਾਬ ਨਾਲ ਰਿਹਾ ਕਰ, ਸਾਂਝ ਪੁਰਾਣੀ ਇਹਨਾਂ ਨਾਲ ਆਪਣੀ। ਮੇਰੀ ਇੱਜ਼ਤ ਹੈ ਕੋਈ ਇੱਧਰ? ਪੈਣ ਦੇ ਸਾਲੇ ਦੇ, ਐਵੇਂ ਚਾਵਲਿਆ ਫਿਰਦਾ ਸੀ। ਬੋਲੂ ਰੇ ਬੋਲੂ, ਅਰੇ ਨਜ਼ਰੇ ਕਿਉਂ ਚੁਰਾ ਰਿਹਾ ਸੇ? ਮਾਂ ਬਾਪ ਤੋਂ ਸੁਣ ਕੇ ਜਾ, ਹੈ ਮਰ ਜਾਣਾ ਯਾਰ। ਦੋ ਤਾਂ ਤੂੰ ਰਖੜੇ ਖਾਧੇ ਨੇ, ਖਿੱਡੀ ਕੁ ਗੱਲ ਆ, ਰਿੰਗ 'ਚ ਵੀ ਤਾਂ ਸਾਰਾ ਦਿਨ ਚਾਮੇ ਕਟਾਉਣਾ। ਅਰੇ ਤਾਊ ਕੇ ਛੋਰੇ ਤੇ ਕੋਈ ਔਰ ਹੋਤਾ ਤੋ ਬੀਚ ਮੇਂ ਤੇ ਨਾ ਪਾੜ ਦੇਤਾ। ਰਤਾ ਪਰ, ਮੇਰਾ ਵੀਰ ਰਤਾ ਪਰ ਤਾਂ ਸ਼ਰਮ ਮੰਨ ਲੈ ਯਾਰ, ਸੱਜਰੇ ਤੂੰ ਲਫੇੜੇ ਖਾ ਕੇ ਹਟਿਆ। ਨਹੀਂ ਕਿਆ ਕਹਤੇ ਤੇ ਤਾਊ ਕੇ ਲੜਕੇ? ਅਰੇ ਵੈਸੇ ਹੀ ਕਹਿ ਰਹੇ ਥੇ, ਤਾਊ ਕੇ ਬੜੇ ਲੜਕੇ ਕੀ ਬੈਡਿੰਗ ਹੈ ਨਾ, ਮਨੇ ਕਹਿਣ ਲੱਗੇ ਚਾਲ ਮੈਂ ਕਹਿੜ ਪੈ ਟ੍ਰੇਨਿੰਗ ਛੋੜ ਕੇ ਸਾਧੀਓ ਮੈਂ ਨਾਚਦਾ ਫਿਰੂ ਮੈਂ। ਸਾਲਾ ਹੱਡ ਹਰਾਮ ਹੋਇਆ, ਦੁੱਕੀ ਦਾ ਜੱਲਿਆ ਤੂੰ ਬੋਕਸਰ ਨੀ, ਸਰਕਾਰ ਦੇ ਪੈਸਿਆਂ ਦਾ ਫਰੂਟ ਚੜਦਾ, ਆਥਣੇ ਤੂੰ ਤਾਸ਼ ਕੁੱਟਦਾ, ਉਹ ਤੇਰੀ ਕਾਹਦੀ ਟ੍ਰੇਨਿੰਗ ਓਏ? ਵਿਆਹ ਦੇ ਕੰਮਾਂ ਤੋਂ ਜੱਕਦਾ ਸਾਲਾ। ਓ ਰਿੰਪੀ, ਹਾਂਜੀ, ਲੀੜੇ ਲੱਤੇ ਬੰਨੋ ਓਏ, ਦਈਏ ਦੇ ਘਰ ਦਾ ਵਿਆਹ ਦਿਖਾ ਕੇ ਲਿਆਈਏ ਤੁਹਾਨੂੰ। ਖੜਾ ਹੋ, ਚਲੋ ਬਈ। ਅਰੇ ਓ ਕੀ ਬਜ਼ਾਰ ਰੱਖਿਆ ਹੋ? ਅਰੇ ਉਹ ਬਜ਼ਾਰ ਦੇ ਜੋ ਅੱਜ ਕੱਲ੍ਹ ਚੱਲ ਰਿਹਾ ਹੈ, ਦੇਸੀ ਕਰੂ, ਦੇਸੀ ਕਰੂ। ਆਜ ਖੁਸ਼ੀ ਕਾ ਦਿਨ ਹੈ ਆਇਆ, ਰੰਗ ਜਮਾਵਾਂਗੇ,
भी कोई ना पीमा खावांगे और फिर पानी के घुटेंगे और पूरे आनंद लूटेंगे कोई बीच में आयो ना कोई बीच में आयो ना आज सारे कानून टूटेंगे मेरे यार की वेडिंग है 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 सबने बड़ा लग गया आज बाबर मारी का भाई मारा होली आज बाबी प्यारी का सबने बड़ा लग गया आज बाबर मारी का भाई मारा होली आज बाबी प्यारी का खूब मजे हम लूटेंगे आज घने कमाथे फूटेंगे कोई बीच में आयो ना कोई बीच में आयो ना आज सारे कानून टूटेंगे मेरे यार की वेडिंग है 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 ताप घना ताप देवी माता की कसम टूट गई रे है भाइयों की तरह राख्या तुझे रोकी और तने सिकंजी कह के भर भर के शराब पिला दी रे अरे माँ माँ बुला रही है अरे प्रीता ओ प्रीता मेरा बीपी बैठ से भाई बीपी जा रहे है पकड़ लो रिम्पी गाड़ी का भाई को ग्लूकोज डाल लो केला लैला केला भाई बन के काट के दे देना यार लून मिर्च किट बैग में धरे है रोकी फोन चक ले यार अरे कून जुलमी सुबह सुबह रामी को फोन मिला रहा है अरे कून सा है देखिए सत श्री अकाल सर रॉकी कितने आ इत्थे आ जी सर बस बाहर गया जी ओनू कहीं जे इंडिया खेडन दा फितूर ले गया ता कमरा वेला कर दे ओदी ऐश परस्ती वास्ते नहीं सरकारी वसीले जी सर रॉकी कितने आ ਸਭ ਉਹ ਵਿਆਹ ਕਰੇ ਨਾ ਜੀ ਕੰਧਾਂ 'ਤੇ ਕੱਚ ਜੜਿਆ ਸੀ ਜੀ ਕਲੀਨਿਕ 'ਚ ਜਾ ਕੇ ਟਾਂਕੇ ਲਵਾ ਲੈ ਹਾਂਜੀ ਸਰ ਤੇਰੀ ਭਾਬੀ ਫਿਕਰ ਕਰਦੀ ਆ ਕਦੇ ਕਦਾਈ ਮਿਲ ਲਿਆ ਕਰ ਨਾਲੇ ਤਿਆਰ ਹੋ ਕੇ ਹੇਠਾਂ ਆ ਜਾ ਯੂਥ ਪਾਰਟੀ ਵਾਲੇ ਡੀਕਦੇ ਨੇ ਚਿੱਟੇ ਪਾਏ ਫੱਬਦੇ ਆ ਬਾਈ ਤੇਰੇ जद मेलियां च लगौड़ मूरे पुकदा तेरा तो पावर का भुलेखा पैंदा होना मैं सियासत लड़दा एसी कमरिया च बैठा चुरदा नहीं उन्हें चेहरा तेरा
ਤੇ ਹਿਰਦਾ ਮੇਰਾ ਪਾੜਿਆ। ਪਰ ਅਜੇ ਕਾਕਾ ਜੀ ਅਸੀਂ ਆਪਾਂ ਨਹੀਂ ਖੋਣਾ, ਅਜੇ ਨਜ਼ਰੀ ਚੜ੍ਹਦਿਆਂ ਨੂੰ ਚੜ੍ਹ ਲੈਣ ਦੇ, ਕੈਮਰਿਆਂ ਦੇ ਚਮਕਾਰਿਆਂ 'ਚ ਸ਼ਿਕਾਰ ਨਹੀਂ ਖੇਡੀ ਦੇ। ਮੌਕੇ ਸਿਰ, ਮੌਕੇ ਸਿਰ ਉਹਦੀਆਂ ਚੜ੍ਹਤਾਂ ਨੂੰ ਮੈਂ ਆਪ ਠੱਲ ਪਾਵਾਂਗਾ। ਤਿਆਰ ਹੋ ਕੇ ਹੇਠਾਂ ਆ ਜਾ, ਯੂਥ ਪਾਰਟੀ ਵਾਲੇ ਉਡੀਕਦੇ ਆ। ਸੀਰਤ ਸਾਰੇ ਅੱਖਾਂ ਪਾੜ ਪਾੜ ਵੇਂਦੇ ਨੇ। ਭਲਾ ਪੜਖਾਂ ਅੱਖੀਆਂ ਚੋਂ ਕੀ ਕਹਿੰਦੇ ਨੇ? ਖੜਤਾ ਸਹੀ ਕਿਵੇਂ ਜਾਨ ਨਿਕਲਦੀ ਆ? ਮੈਂ ਤੈਨੂੰ ਦਿਲ ਦੀ ਦੱਸਦਾ ਤੇ ਤੂੰ ਭਾਰਾਂ ਤੇ ਪੈਂਦੀ ਆ। ਭਾਰਾਂ ਤੇ ਨਹੀਂ ਪੈਂਦੀ ਅੜਿਆ, ਤੇਰੀਆਂ ਗੱਲਾਂ ਪਿਆਰੀਆਂ ਲੱਗਦੀਆਂ ਨੇ ਨਾ। ਤੈਨੂੰ ਤੇਰੇ ਯਾਰਾਂ ਨੇ ਕੁੜੀਆਂ ਨਾਲ ਗੱਲ ਕਰਨ ਦੀ ਜਾਂਚ ਨਹੀਂ ਸਿਖਾਈ? ਜਾਂਚ ਤਾਂ ਬੁੱਜੜਾਂ ਨੂੰ ਇਕੱਲੇ ਰੱਫੜ ਪਾਉਂਦੀ ਆ। ਚੱਲ ਤੈਨੂੰ ਮੈਂ ਸਿਖਾਉਂਦੀ ਹਾਂ, ਪਰ ਮੇਰਾ ਦੇਣਾ ਨਾ ਭੁੱਲੀ, ਚੰਗਾ? ਮੰਨ ਲੈ, ਇੱਕ ਬਹੁਤੀ ਸੋਹਣੀ ਪਿਆਰੀ ਜਿਹੀ ਕੁੜੀ ਆਪਣੇ ਰੰਗ ਰੂਪ 'ਤੇ ਤੇਰੇ ਵਿਚਾਰ ਪੁੱਛਦੀ ਆ, ਅਤੇ ਤੂੰ ਨਾ ਹਲਕੀ ਜਿਹੀਆਂ ਅੱਖਾਂ ਵਿੱਚ ਕਹੀਂ, ਸੀਰਤ ਤੇਰੇ ਚਿਹਰੇ ਤੋਂ ਤਾਂ ਨਜ਼ਰਾਂ ਨਹੀਂ ਲੈਂਦੀਆਂ, ਕੋਈ ਮਰਦਾ ਵੀ ਤੈਨੂੰ ਕਿਵੇਂ ਗੜ ਲਾਵੇ? ਹਾਏ, ਨਾ ਹੋਰ ਨਾ ਕੁਝ, ਜਵਾਬ ਮੇਰੀਆਂ ਅੱਖਾਂ 'ਚੋਂ ਪੜ ਲੈ, ਕਿਤੇ ਘੈਂਟ ਆ। ਹੁਣ ਨਾ ਮੈਂ ਸੱਚੀ ਮੰਨ ਗਈ, ਤੇਰੇ ਕੋਲ ਗੁਜਹੇ ਦੀ ਨਾ ਕੋਈ ਫਰੈਂਡ ਨਹੀਂ ਰਹੀ ਹੋਣੀ ਹੈ। ਘੁੱਗੀਆਂ ਕਬੂਤਰਾਂ ਕੇ ਬੀਚ ਮਾਂ ਬੈਠਾ ਲਾਡਲਾ ਮੋਰ। ਪਰਮਾ ਦੇ ਲਪੇਟੇ 'ਚ ਨਾ ਦਿਲ ਤੇ ਕਿਤੇ ਸੱਟ ਨਾ ਮਰਾ ਲਈ। ਅੱਜ ਇਹਨੂੰ ਤੂੰ ਘੁੱਗੂ ਜਾ ਕਹਿੰਦੀ ਆ ਨਾ, ਸਪੋਰਟਸ ਵਾਲੀਆਂ ਦਿਲ ਹਾਰਦੀਆਂ ਉਹ ਤੋਂ। ਉਹ ਤਾਂ ਯਾਰ ਹੋਣੀ ਬੇਪਰਵਾਹ ਨੇ। ਉਹ ਦੇਖੀ ਮੋੜ ਜੇ ਇਹਨੂੰ, ਆਹ ਕੀ ਆਈਟਮ ਆ? ਚੱਲੀਏ, ਮੈਨੂੰ ਲੇਟ ਹੋਈ ਜਾਂਦਾ, ਚਾਹ ਮੁੱਕੀ ਤੇਰੀ। ਉਹ ਬਹਿਣ ਦਾ ਸਹੀ, ਖੰਭ ਛਾਂਗੀਏ ਪਹਿਲਾਂ ਪਾਉਂਦੇ ਦੇ। ਪ੍ਰੀਤ, ਉਹ ਪ੍ਰੀਤ ਵੇ ਕੌਣ ਆ ਤੂੰ? ਭੈੜਾ, ਛੱਡ ਦੇ, ਛੱਡ ਭੈੜਾ। ਉਹ ਮੂੰਹ ਅੱਡੇ ਹੋ, ਕੋਈ ਤਾਂ ਛੜਾ ਲਓ, ਗਰੀਬ ਮਾਰ ਦੇਣਗੇ। ਨਾ ਹੁਣ ਨਾ ਆਇਓ ਮੂਰੇ, ਉਂਝ ਪੌਣਾ ਪੰਜਾਬ ਵਿਹਲੀ ਅਖਵਾਉਂਦਾ ਹੈ। ਛੱਡ, ਜਾਓ। ਹੈਲੋ, ਸਦਰ ਥਾਣਾ ਪੁਲਿਸ ਚੌਕੀ, ਮੈਂ ਯੂਨੀਵਰਸਿਟੀ 'ਚ ਬੋਲਦੀ ਹਾਂ। ਖੜ ਜਾ ਕਮਲੀਏ, ਹਲੇ ਤਾਂ ਪੁਰਾਣੀਆਂ ਦਿੱਤੀਆਂ ਗਵਾਹੀਆਂ ਨਹੀਂ ਲੋਟ ਆਈਆਂ। ਛੱਡ ਮੇਰਾ, ਮੋੜ ਮੇਰਾ ਫੋਨ। ਉਹ ਮੂੰਹ ਅੱਡਿਓ, ਘੱਟੋ ਘੱਟ ਪੁਲਿਸ ਨੂੰ ਹੀ ਫੋਨ ਕਰ ਦਿਓ ਕਿ ਮਰ ਗਈ ਤੁਹਾਡੀ ਗੈਰਤ। ਉਹ ਬਾਈ ਯਾਰ, ਤੁਸੀਂ ਆਪਣੀ ਚਾਹ ਕਾਫੀ ਨਾ ਬੇੜੋ, ਭੈਣ ਤਾਂ ਐਵੇਂ ਵਾ ਤਵਾ ਬੋਲਦੀ ਆ। ਦੇਖ ਕੁੜੀਏ, ਮੈਂ ਤੈਨੂੰ ਛੱਡ ਦੂੰ ਪਰ ਰਾਟ ਨਾ ਪਈ। ਪ੍ਰੀਤ ਕਮਲੀਏ ਭਾਈ ਆ ਮੇਰਾ, ਥੈਂਕ ਯੂ। ਓ ਮਾਰਦੀ ਓਏ ਮਾਰਦੀ ਕੁੜੀ, ਓ ਦਈਏ, ਓ ਭਾਈ ਯਾਰ ਮੈਂ ਤਾਂ ਇਹਦੀਆਂ ਮਾਰਦੀ। ਦੀਦੀ ਨਾ ਪਲੀਜ਼, ਰੋਲਾ ਨਾ ਕਰ, ਪੁਲਿਸ ਆ ਜਾਏਗੀ। ਹੋਰ ਨਾ ਚਲੇ ਤੂੰ, ਪੁਲਿਸ ਆ ਜਾਏਗੀ, ਰੋਲਾ ਨਾ ਕਰ। ਦੇਖ ਗਾਓ ਮੈਂ ਸੁੱਖਾ ਪੜ ਰਿਹਾ, ਘਰ ਬਰਬਾਦ ਹੋ ਗਏ, ਫਲ ਫਰੂਟ ਕੁਛ ਵੀ ਖਾਣੇ ਕੋ ਨਹੀਂ ਬਚਾ, ਭਾਈ ਭਤੀਜੇ ਸਭ ਭੂਖ ਸੇ ਰੋ ਰਹੇ ਹੈ, ਸਾਰੀ ਫਸਲੇ ਬਰਬਾਦ ਹੋ ਗਈ, ਸਾਰੇ ਪਸ਼ੂ ਮਰ ਗਏ। ਝੂਠ ਨਹੀਂ ਬੋਲ ਰਿਹਾ, ਆਖ ਮੈਂ ਆਸੂ ਵੀ ਆਣੇ ਵਾਲਾ ਹੀ ਹੈ। ਸਾਲਾ ਕੋਈ ਥੋੜ ਟਿਕਾਣਾ ਨਹੀਂ ਵੇਖਦਾ, ਜਿੱਥੇ ਜੀ ਕਰਦਾ ਫੈਲ ਜਾਂਦਾ। ਮੈਂ ਕਰਦਾ ਤੱਕੜ ਸ਼ਾਈ ਲੱਗੇ ਫੁਕਰੇ ਦੀ, ਫੁਕਰੇ ਦੀ ਕੱਢ, ਫੁਕਰੇ ਦੀ ਕੱਢ, ਸਾਲਾ ਸਾਲਾ ਫੁਕਰਾ, ਮੈਂ ਕੱਢਦਾ ਤੱਕੜ ਸ਼ਾਈ ਤੇਰੀ। ਖੜ ਸਾਲਾ, ਉਹ ਹਟਦਾ ਨਹੀਂ ਸਾਲਾ। ਉਹ ਤੇਰੀ ਰੇਲਵੇ ਦੀ ਨੌਕਰੀ ਲੱਗ ਗਈ ਬਿੱਜੂਆ, ਉਹ ਪ੍ਰੀਤ ਤੇਰੀ ਰੇਲਵੇ ਦੀ ਨੌਕਰੀ ਲੱਗ ਗਈ, ਹੁਣੇ ਡਾਇਰੈਕਟਰ ਸਾਹਿਬ ਦੇ ਆਫਿਸ ਤੋਂ ਆ ਰਿਹਾ, ਉਹ ਕਿੱਲ ਗੱਡਤਾ ਤੈਂਦਲਾ। Can I have one cappuccino at my table, please? Yes, ma'am. ਆਪਣਾ ਆਪਣੇ ਬੀਅਰ ਦੀ ਵੀ ਵੇਕਰੀ ਆ? ਨਹੀਂ ਸਰ, ਅਸੀਂ ਤਾਂ ਚਾਹ ਕਾਫੀ ਸਰਵ ਕਰਦੇ ਹਾਂ ਜੀ। ਉਹ ਤੇਰੀਆਂ ਚਾਹ ਕਾਫੀਆਂ ਨਾਲ ਕਿੱਥੇ ਸਰਦਾ ਰਾਜੇ, ਗਾਹਕ ਤਾਂ ਤੇਰੇ ਬੀਅਰ ਵਾਲੇ ਨੇ ਭਾਈ। Can I have one more cake that's sorry at the table? ਮੈਂ ਆ ਗਿਆ। ਨਾ ਮੋਰ ਨੇ ਨਹੀਂ ਕੇਕ ਨੂੰ ਠੁੰਗਾ ਮਾਰਨੀਆਂ। ਉਹ ਪੱਟੂ ਫਲ ਫਰੂਟ ਦਾ ਸ਼ੌਂਕੀ ਆ, ਸ਼ੁੱਕਰਵਾਰ ਮੰਡੀ ਗੇੜਾ ਰੱਖਦਾ ਥੋਕ ਚ ਕੇਲੇ ਕੂਲੇ ਖਰੀਦਣ ਨੂੰ। ਆਹ ਉਹੀ ਨੀ
ਅੱਜ ਬੜਾ ਲਸ ਲਸ ਕਰਦੀ। ਉਹ ਘਰੇ ਦੱਸਤਾ? ਨਹੀਂ ਯਾਰ, ਰਾਤ ਗੱਲ ਕਰਾਂਗਾ। ਬੜਾ ਯਾਰ ਨਿਰਮੋਹ ਹੈ, ਘਰੇ ਮਸਾਂ ਖੁਸ਼ੀਆਂ ਆਈਆਂ ਨੇ। ਭੈਣ ਹੋਰਾਂ ਨੂੰ ਕਿੰਨਾ ਚਾਅ ਹੋਣਾ ਵੀਰੇ ਦੀ ਨੌਕਰੀ ਲੱਗੇ ਦਾ। ਚੱਲ ਮੈਂ ਫਿਰ ਕਰ ਗੱਲ ਕਰਕੇ ਆਉਣਾ। ਹਾਂ ਤੂੰ ਚੱਲ, ਅਸੀਂ ਵੇਟ ਕਰਦੇ ਹਾਂ। ਖੇਕ ਸ਼ੈਲ ਤੂੰ ਹੀ ਕੱਟਣਾ। ਆ ਕੁੜੀ ਕੌਣ ਹੈ? ਕੌਣ? ਆ ਲਸ ਲਸ ਕਰਦੀ ਆ ਜਿਹੜੀ। ਫਰੈਂਡ ਸੀ ਆਪਣੀ। ਆਪਣੀ? ਆਹੋ ਪ੍ਰੀਤੀ। ਫਰੈਂਡ ਕਿਵੇਂ? ਫਰੈਂਡ ਕਿਵੇਂ ਹੁੰਦੇ ਨੇ? ਆ ਜਾ ਮੈਂ ਆਪਾਂ ਚਾਹ ਕੌਫੀ ਨੂੰ। ਪਰ ਇਹ ਤਾਂ ਅਰਬਨ ਆ। ਗੱਲ ਸੁਣ, ਆ ਫੂਫਾ ਵਾਲੀਆਂ ਨੂੰ ਨਾ ਪਿੰਡਾਂ ਵਾਲੇ ਰਾਸ ਆਉਂਦੇ ਨੇ। ਨਾਲੇ ਆਹ ਤਾਂ ਪ੍ਰੀਤ ਦੇ ਮੂੰਹ ਨੇ ਮੁਟਿਆਰ ਕਰਤੀ। ਪਹਿਲਾਂ ਜਮਾਂ ਫਿੱਕੀ ਸੀ, ਨਾਲ ਮੂੰਹ ਨਾ ਮੱਥਾ। ਤੂੰ ਨਾ ਜਾਣ ਦੇ, ਤੂੰ ਐਵੇਂ ਗੱਲਾਂ 'ਚ ਵਲੇਟ ਦੇ। ਫਿਰ ਪੁੱਛਦੀ ਕਾਹਤੋਂ ਆ? ਸਰ ਇਹ ਮੈਮ ਨੇ ਤੁਹਾਡੇ ਲਈ ਭੇਜਿਆ ਜੀ। ਸੌਰੀ ਕਾਹਦੀ ਮੰਗਦੀ ਆ? ਰੌਕੀ ਬੋਲਦਾ ਨੀ, ਦੱਸ ਦੇ ਹੁਣ। ਅੱਛਾ ਸੌਰੀ, ਤੇਰੀ ਗੱਲ ਦਾ ਯਕੀਨ ਨਹੀਂ ਕੀਤਾ। ਰੌਕੀ ਰੌਕੀ ਟਾਈਮ ਨਾ ਟਪਾਈ ਜਾ, ਮੈਨੂੰ ਵੱਟ ਚੜਦਾ ਹੁਣ। ਗੱਲ ਸੁਣ ਕੁੜੀਏ, ਪ੍ਰੀਤ ਹੈ ਆਪਣਾ ਭੋਲਾ, ਇਹ 'ਚ ਕੋਈ ਵਿੰਗ ਵਲ ਨਹੀਂ। ਤੂੰ ਪੁੱਛਦੀ ਆ ਤਾਂ ਦੱਸਦਾ। ਆ ਕੁੜੀ ਤੇ ਪ੍ਰੀਤ 2-4 ਮਹੀਨੇ ਇਕੱਠੇ ਸੀ ਬਈ, ਇਹਨਾਂ ਦੀ ਨਿਭੀ ਵੀ ਸੋਹਣੀ। ਪਰ ਫੇਰ ਹੋ ਗਿਆ ਸਾਡਾ ਪ੍ਰੀਤ ਕਿਸੇ ਹੋਰ ਕੰਨੀ। ਹੁਣ ਪ੍ਰੀਤ ਹੈ ਆਪਣਾ ਸੱਚਾ, ਪ੍ਰੀਤ ਨੇ ਆਪਣੇ ਕਰਤੇ ਪੱਤੇ ਸ਼ੋ, ਪੱਤੇ ਸੀ ਗੱਡਵੇਂ। ਹੁਣ ਤੂੰ ਦੱਸ, ਕਦੇ ਚਿੜੀ ਦੀ ਦੁੱਕੀ ਨੇ ਹੁਸਨ ਤੇਰਾ ਪੜਾ ਹੋਵੇ ਹੁਕਮ ਦੀ ਬੇਗੀ ਤੋਂ ਦਾ ਲਿਆ? ਇਹ ਤਾਂ ਵਿਚਾਰੀ ਅਧੀਨਗੀ ਦੇ ਝੋਰੇ ਨੇ ਮਾਰ ਲਈ। ਆਹ ਦੇਖ ਲਾ ਟੁੱਟਿਆਂ ਦਿਲਾਂ ਦੇ ਹੱਥ ਕੰਡੇ, ਉਹ ਕਦੇ ਕੇਕ ਪੈਟੀਆਂ ਨਾਲ ਵੀ ਜਿੱਤ ਹੋਏ ਨੇ ਪਿਆਰ। ਲੈ ਜਾ ਲੈ ਜਾ, ਬੋਧੇ ਪੁੱਟਦੇ ਸੌਂਕਣ ਦੇ, ਇਹਨੇ ਐ ਨੀ ਟਲਣਾ। ਗੱਲ ਸੁਣ ਲੈ ਤੂੰ, ਨਾਲੇ ਲੜ ਬੰਨ ਲੈ। ਇਹ ਤੇਰੇ ਤੰਤਰ ਮੰਤਰ ਜੇ ਨਾ, ਇਹ ਨੀ ਚੱਲਣੇ। ਮੁੜ ਕੇ ਜੇ ਚਾਲੇ ਚੱਲੇ ਨਾ, ਜੁੱਤੀ ਬਹੁਤ ਵਰਾਂ ਪਿੰਡਾਂ ਵਾਲੀ ਨਾ ਜਾਣੀ। ਰੌਕੀ ਬਹੁਤ ਕੁੱਤੇ ਦਾ ਵੱਢਿਆ ਤੂੰ। ਕੀ ਹੋ ਗਿਆ ਵੀਰੇ? ਪਿਓ ਦਾ ਨਾਂ ਆਖੀ ਜੇ ਬੁੱਕਰ ਨਾ ਲਾਇਆ ਤਾਂ। ਓ ਪ੍ਰੀਤ ਯਾਰ, ਮੈਂ ਤਾਂ ਕਮਲ ਗੁੱਟਦਾ ਸੀ। ਓ ਪ੍ਰੀਤ, ਓ ਦਿਲਾ, ਓ ਯਾਰ, ਓਏ ਯਾਰ ਸਾਲੇ ਦੀ। ਮੇਰੀ ਫਾਈਨਲ ਅਸਾਈਨਮੈਂਟ ਸੀ, ਤੂੰ ਕੀ ਕਿਹਾ ਉਸ ਪਾਗਲ ਨੂੰ? ਬੜਾ ਸਿਰ ਤੇ ਨਾ ਚੜ, ਕੋਈ ਮਸਲਾ? ਓ ਬਕਵਾਸ ਕੀ ਕਰਕੇ ਗਈ ਹੈ, ਤੂੰ ਕੀ ਕਿਹਾ ਮੇਰੇ ਬਾਰੇ? ਗੱਲ ਸੁਣ, ਤੈਨੂੰ ਮੈਂ ਜਾਣਦਾ ਨੀ, ਉਹਨੂੰ ਮੈਂ ਅੱਜ ਮਿਲਿਆ, ਆਪਦੀ ਆਪ ਨਵੇੜੋ। ਤੂੰ ਬਹੁਤ ਸਟਾਰ ਆ, ਸਪੋਰਟਸ ਹੋਸਟਲ ਛੋਏਗਾ, ਸ਼ਹਿਰ ਮੈਂ ਨਚਾਉਣੀ ਆ ਉਂਗਲਾਂ ਤੇ। ਮੇਰਾ ਬੜਾ ਭੇਤ ਲੈ ਰਹੀ ਆ। ਤੇਰੇ ਤੋਂ ਹੁਣ ਬਦਲਾ ਲੈਣਾ ਹੈ। ਹਾਂ ਨਖਰਾ ਨਾ ਸ਼ਰੀ ਲੋਗਣਾ ਮੂਹਰੇ ਵਰਤੀ, ਇੰਨੀ ਤਾਂ ਤੇਰੇ 'ਚ ਹਿੰਡ ਨਹੀਂ ਜਿੰਨੀ ਮੈਂ ਭੰਨ ਦੇਣੀ ਆ। ਜੱਟੀ ਦੀ ਹਿੰਡ ਹੈ ਪੰਨੇ ਤਾਂ ਮੰਨਾ। Thank you.
ਦਈਏ ਦਈਏ। ਗੱਲ ਸੁਣ ਬੱਚੇ, ਬੱਚੇ ਇੱਥੇ ਆਊਟਸਾਈਡਰ ਅਲਾਊਡ ਨਹੀਂ। ਆਈ ਨੋ। ਇੱਥੇ ਖੇਡਣ ਲਈ ਸਪੈਸ਼ਲ ਪਰਮਿਸ਼ਨ ਚਾਹੀਦੀ ਆ। ਤੁਹਾਡੇ ਕੋਲ ਪਰਮਿਸ਼ਨ ਹੈ? ਯਾ। ਕਿੰਨੇ ਦਿੱਤੇ ਪਰਮਿਸ਼ਨ? ਰੌਕੀ ਨੇ। ਓ ਐਂਡ ਆਲਸੋ ਰੌਕੀ ਨੇ ਕਿਹਾ ਜਦ ਵੀ ਮੇਰਾ ਦਿਲ ਕਰੇ ਮੈਂ ਇੱਥੇ ਆ ਕੇ ਖੇਡ ਸਕਦੀ ਹਾਂ, ਮੈਨੂੰ ਕੋਈ ਵੀ ਤੰਗ ਨਹੀਂ ਕਰੂਗਾ। ਸਰ ਸੌਣ ਲੱਗੇ। ਚੰਨਾ ਜੱਚਦੀ ਨਾ ਮੈਂ, ਤੇਰੇ ਕੋਲੋਂ ਦੂਰ ਹੋ ਕੇ ਕੱਖ ਦੀ ਨਾ ਮੈਂ, ਤੇਰੇ ਤੋਂ ਬਗੈਰ ਚੰਨਾ ਜੱਚਦੀ ਨਾ ਮੈਂ, ਤੇਰੇ ਕੋਲੋਂ ਦੂਰ ਹੋ ਕੇ ਕੱਖ ਦੀ ਨਾ ਮੈਂ। ਰੱਬ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਪੁਗਾਉਣ ਦਾ, ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ, ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ। ਮੇਰੇ ਦਿਲ ਵਿੱਚ ਵਸਦਾ ਏ ਧੜਕਣ ਦੀ ਥਾਂ, ਸਾਹਾਂ ਬਿਨ ਜੀ ਲਊਂਗੀ ਤੇਰੇ ਬਿਨ ਬਚਦੀ ਨਾ, ਮੇਰੇ ਦਿਲ ਵਿੱਚ ਵਸਦਾ ਏ ਤੂੰ ਧੜਕਣ ਦੀ ਥਾਂ, ਸਾਹਾਂ ਬਿਨ ਜੀ ਲਊਂਗੀ ਤੇਰੇ ਬਿਨ ਬਚਦੀ ਨਾ। ਸੋਚਿਆ ਵੀ ਨਹੀਂ ਮੈਂ ਕਦੇ ਤੇਰੇ ਬਿਨ ਜਿਉਣ ਦਾ, ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ, ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ। ਇਸ਼ਕ ਚ ਰੰਗ ਆਏ ਮੇਰਾ ਲੂੰ ਲੂੰ ਸਜਣਾ, ਲੋਕੀ ਰੱਬ ਨੂੰ ਤਿਉਂਦੇ ਨੇ ਮੇਰਾ ਰੱਬ ਤੂੰ ਸਜਣਾ, ਤੇਰੇ ਪਿਆਰ ਚ ਰੰਗ ਆਏ ਮੇਰਾ ਲੂੰ ਲੂੰ ਸਜਣਾ, ਲੋਕੀ ਰੱਬ ਨੂੰ ਤਿਉਂਦੇ ਨੇ ਮੇਰਾ ਰੱਬ ਤੂੰ ਸਜਣਾ। ਬੜਾ ਸ਼ੁਕਰਾਨਾ ਤੇਰਾ ਆਪਣੀ ਬਣਾਉਣ ਦਾ, ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ, ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ। ਕਿੱਦਾਂ ਕਲਾਸ ਨੂੰ ਤੁਰ ਕੇ ਚੱਲੀ ਹੈ?
ਗੱਡੀਆਂ ਦਾ ਸ਼ੌਂਕ ਲੈ ਗਿਆ? ਤੁਰਨ ਦਾ ਪੈ ਗਿਆ। ਦੁਪਹਿਰ ਸੋਹਣੀ ਹੈ, ਸੋਚਿਆ ਮਾਇਰ ਐਜ਼ ਵੈਲ। ਦੁਪਹਿਰ ਤਾਂ ਸੋਹਣੀ ਹੈ, ਗੱਡੀ 'ਚ ਕੁਝ ਜ਼ਿਆਦਾ ਜੱਚਦੇ ਹੈ। ਆ ਜਾ, ਬਹਿ ਜਾ। ਨਹੀਂ, ਮੈਂ ਤੁਰ ਕੇ ਹੀ ਰਾਜ਼ੀ ਹਾਂ। ਕੀ ਗੱਲ, ਦੋ ਘੜੀ ਦੇ ਬੋਲ ਚੱਲਦੀ ਵੀ ਰੌਕੀ ਨੇ ਗੁੰਜਾਇਸ਼ ਨਹੀਂ ਛੱਡੀ। ਸ਼ਰਾਬ ਲੂਜ਼ਰ। ਤੇਰੇ ਘਰਦੇ ਮਿਲੇ ਸੀ ਰਾਤ, ਅਮਨ ਦੇ ਵਿਆਹ 'ਤੇ। ਯਾਪ ਮਾਮ ਨੇ ਦੱਸਿਆ ਸੀ। ਉਹਨਾਂ ਨਾਲ ਕਾਫੀ ਚਿਰ ਗੱਲ ਹੁੰਦੀ ਰਹੀ, ਗੱਲੀ ਬਾਤੀ ਪੁੱਛਦੇ ਸੀ ਤੇਰੇ ਬਾਰੇ। ਡਰਨਾ, ਮੈਂ ਰੌਕੀ ਬਾਰੇ ਕੁਝ ਨਹੀਂ ਦੱਸਿਆ। ਦੱਸਦਾ ਵੀ ਕੀ, ਉਹ ਤਾਂ ਤੁਹਾਡੇ ਘਰ ਦੀ ਰਹਿੰਦ ਖੁੰਦ ਵੀ ਨਹੀਂ, ਹੋਸਟਲਾਂ ਦੀ ਝੂਠ 'ਤੇ ਪੜਿਆ ਸਾਲਾ, ਦੋ ਗੋਡੀ ਦਾ ਬਦਮਾਸ਼। ਮਨਿੰਦਰ, ਗੱਡੀ ਰੋਕ। ਲੈਟ ਮੀ ਆਊਟ। ਆਈ ਸੇ ਲੈਟ ਮੀ ਆਊਟ। ਤੇਰੇ ਹੁੱਛੇ ਚਾਹ ਤਾਂ ਮੈਂ ਕੱਚ ਲਏ, ਪਰ ਇੱਕ ਗੱਲ ਖਾਨੇ ਪਾ ਲੈ, ਚੱਖੜ ਹਮੇਸ਼ਾ ਸਿਰ ਕੱਟਾ ਹੀ ਪਾਉਂਦੇ ਨੇ, ਕਦੇ ਮੱਥੇ ਨਹੀਂ ਚੁੰਮਦੇ। ਬਲਜੀਤ, ਲੱਗੀ ਤੇ ਨਹੀਂ? ਮੋਹ ਨਾਲ ਤੈਨੂੰ ਪਤਿਆ ਕੇ ਵੇਖ ਲਿਆ, ਡਾਂ ਗਾਲ ਵਰਾ ਵਰਾ ਮੱਥਾ ਮਾਰ ਲਿਆ, ਪਰ ਤੈਨੂੰ ਲੱਥੀ ਚੜੀ ਦਾ ਕੋਈ ਖਿਆਲ ਹੀ ਨਹੀਂ। ਚਾਰੇ ਪਾਸਿਓਂ ਸਿਲੈਕਟਰਸ 'ਤੇ ਦਬਾਅ ਪੈ ਰਿਹਾ ਕਿ ਤੈਨੂੰ ਕਾਮਨਵੈਲਥ ਲਈ ਚੁਣਨਾ ਨਹੀਂ ਆ। ਜੇ ਅਗਲੇ ਤੈਨੂੰ ਇੰਜ ਬੇਕਾਬੂ ਘਮਸਾਣ ਪਾਉਂਦੇ ਨੂੰ ਵੇਖ ਲੈਣ, ਉਸ ਵੇਲੇ ਚੁੱਕ ਕੇ ਟੀਮ 'ਚੋਂ ਬਾਹਰ ਮਾਰਨਗੇ। ਸਾਰੀ ਉਮਰ ਤੇਰੀਆਂ ਚੰਮਦੀਆਂ ਚਲਾਈਆਂ, ਅਣਗੌਲੀਆਂ ਕੀਤੀਆਂ, ਪਰ ਤੂੰ ਬੰਦਾ ਹੀ ਨਹੀਂ ਬਣਦਾ। ਗੇਮ ਦੇ ਦਾਇਰੇ 'ਚ ਦਮ ਘੁੱਟਦਾ ਹੈ ਨਾ, ਅਜੇ ਵੀ ਪੈਰ ਖਿੱਚ ਲਾ। ਬਦਮਾਸ਼ੀ 'ਚ ਚੰਗੀ ਵਾਹ ਵਾਹ ਖੱਟੀ ਆ, ਟਕਿਆਂ ਤੋਂ ਵਧੇਰੇ ਹੀ ਮੁੱਲ ਪਾਉਣਗੇ ਮਾਲਕ। ਕੋ ਸਾਹਿਬ, ਇੱਕ ਸਲਾਹ ਕਰਨੀ ਸੀ ਜੀ ਤੁਹਾਡੇ ਨਾਲ। ਜਦਾਂ ਮੈਂ ਇੱਥੇ ਕੈਂਪ 'ਚ ਰੁੱਝਿਆ, ਪ੍ਰੀਤ ਦਵਿੰਦਰ ਵਰਗਿਆਂ ਦੇ ਨੇੜੇ ਹੋ ਗਿਆ ਜੀ। ਗੇਮ ਤੋਂ ਵੀ ਉਹਦਾ ਚਿੱਤ ਉਖੜਿਆ ਲੱਗਦਾ, ਮੇਰਾ ਕਿਹਾ ਉਹ ਗੌਲਦਾ ਨਹੀਂ। ਅਤੇ ਦਵਿੰਦਰ ਵਰਗਿਆਂ ਨੂੰ ਤੁਸੀਂ ਜਾਣਦੇ ਹੋ, ਨਵਾਂ ਨਵਾਂ ਤੇਰੇ ਸੰਗ 'ਚੋਂ ਨਿਕਲਿਆ, ਪੱਥਰ ਚੱਟ ਕੇ ਮੁੜ ਆਊਗਾ। ਵੈਸੇ ਪ੍ਰੀਤ ਨੂੰ ਮੈਂ ਜਾਣਦਾ, ਪਿਆਰਾ ਬੱਚਾ ਉਹ। ਮੱਤ ਦਾ ਕੱਚਾ ਜੀ ਪ੍ਰੀਤ, ਆਪਣਾ ਚੰਗਾ ਮਾੜਾ ਨਹੀਂ ਜਾਣਦਾ। ਤੇਰੇ ਵਰਗਾ ਸਿਰ ਸੜਿਆ ਨਹੀਂ ਉਹ, ਮੇਰੀ ਗੱਲ ਮੰਨੂਗਾ, ਮੇਰੇ ਕੋਲ ਭੇਜੀ ਉਹਨੂੰ। ਦਿਲ ਕੇ ਖੁਸ਼ ਰੱਖਣੇ ਕੋ ਗਾਲਿਬ ਯੇ ਖਿਆਲ ਅੱਛਾ ਹੈ। ਅਗਲੇ ਹਫ਼ਤੇ ਕਾਮਨਵੈਲਥ ਦੀ ਟੀਮ ਦੀ ਫਾਈਨਲ ਸਿਲੈਕਸ਼ਨ ਆ। ਰਾਜਦੀਪ, ਜਿਸ ਤੇਜ਼ ਨੂੰ ਤੂੰ ਮੁੜ ਤੋਂ ਲੱਭਦਾ ਰਿਹਾ ਹੈ, ਬੱਚੇ ਤੇਰੇ ਪਰਛਾਵਿਆਂ 'ਚ ਕਿਤੇ ਲੁਕਿਆ ਹੈ। ਆਪਣੇ ਜਨੂੰਨ ਦੀ ਅੱਗ 'ਚ ਉਹਨੂੰ ਹੋਰ ਨਾ ਸਾੜ। ਆਪਣੇ ਤਾਰ ਨੂੰ ਆਪਣੇ ਮੱਥੇ ਦੀ ਲੌ ਬਣਾ ਰਾਜਦੀਪ।
की सोच रहे हैं? मैं कुछ पूछ रही हूँ। कुछ नहीं। तू हर गल दा मेरे तो उल्ला क्यों रख दा? तू हर गल ची इन्नी डूंगी का तो उत्तर जानी है। साइकोलॉजी दी स्टूडेंट हाँ, मेरे सुभा च है। एक गल पूछा? जे सरदा तां रहण दे। तेरा यूनिवर्सिटी स्टूडेंट्स ने एक नाम रखे है, मैनू बड़ा चुभदा है। तू राजदीप कह लिया कर। नहीं, कोई होर। क्यों कहंदे ने? ए कौन ने? श्रद्धालु। काम आ, चलना पैना। अपनिया खै बाजियां आप ने जिट। फजूल नहीं आखदा, पार्टी वड्डी आ। आ लाम लश्कर पिछा पूंजन नू हक्या, इन्हां दी वी पाजवानी किसे खूह खाते। रोकी अड़बाई छड़, विक्रम होनी 30-35 जने ताक च खड़े ने। प्रीत नू नाल रखण तो वर्जिया सी तैनू। रॉकी, एक गड़ा मेरे पुचकारे ते गिट्टियां जाउंदा खेडण नू। 8 साल पुरानी यारी आ, ए मानदा। 8 साल मेरा ही गूठा चुंगदा रहा, हुण होर नहीं पुगदी लियाईदारी। प्यो हुण कोई दूजा कर ला। रन्ना दी छो चंद्री हट कूड़े कर दिंदी आ, सहेली ने सौंपे लगदी आ। बई मैं करदा, वेख रोकी वीर बन के अज आ जा। बस अज लई अज साले दा वरका पाड़ देना, मुड़ के नहीं कहिंदे। अज नहीं प्रीत, हुण होर नहीं। वैर रोकी को सजरी मशूक नहीं, जिन्हू खेड़ खूड के दवाटे छड़ता। वैर नाल ते जट लावा लैंदा ते रहिंदी उम्र तक नहीं पाउंदा। विचालियों छड्डियां खसमां नू हत्थी मार रंडियां खाउंदियां ने। चल प्रीत। प्रीत नहीं जाऊगा। रोकी हाथ छड, यारी वाले हक तू अदा करते। राजदीप सिंह धालीवाल, यार दी दलेरी तो सड़ा खा गया, सारी उम्र विचारे नू जुत्ती हेठ रख्या। जालमा हुण तां फुट लैण दे। विक्रम दे दो नाल इक पढ़ा के देख ला, खरे दा सूत आ जे मेरे नाल भिड़ना तां दस। रोकी हाथ छड, हाथ छड, प्यो ना बनया कर मेरा। रॉकी बिहेव, प्रीत नू छड़ दे, लेट हिम गो। जे तरले ही कढ़ा के मनेगा तां पैर फड़ लेना तेरे। रोकी यारी वाला टोल गलों ला दे, हुण नहीं तेरे डग्गियां ते नचदा। रॉकी प्रीत कोई न्याणा नहीं हैगा, तू ढंग ना वरत्या कर उहदे नाल। ते मैं तेरा यार नहीं, मेरे ते कदे कोई दावा ना रखी। रॉकी तेनू लाड भी बहुत करदा है, वो जमा ही जाहर, पर तेरे तो जान वारदा है। मैं नहीं वारदा, पर अज मूह ते थुक्या। ओके मैं बॉक्सरा, अखां च घुसन दई डुस डुस करदा, सुख है कदे हवा च घुसन मुक्की, कदे बैली घुसन दीदियां च दे। ए साला केड़ी बॉक्सिंग लड़दा यार। तू ना बुथे ते घुसन लै ली, बहुतियां चटर चटर करन वाले। हाए वे, ओ नौंदर मार गई ओ पटाको दिल ते। ओए साले, क्यों छेड़ा छेड़दे हो दरवेश नू? लख लाणतां पाए भी सी नहीं करता। लै अज धड़ तो लैदे पूंछ मेला वेखण आई है। अगला इंडिया प्लेयर है, एहो जे नू टच जानदा है। ओए सालिया, जेब च तेला भी है कोई जेड़ा मेलिया नू मूंह चक्या? चुप साला, रेलवे च वड्डे साहब ने, इन्हां दी शान दे खिलाफ कुछ नहीं कहना। ਇਹਨੂੰ ਕੀ ਪਿੱਸੂ ਪੈ ਗਏ? ਇੱਕ ਦੀ ਜੱਖਣਾ ਪਟਣੀ ਆ ਬਾਈ, ਮਨਿੰਦਰ ਸ਼ੇਰ ਕਿਲ ਕਰਕੇ।
ਆਪਣੀਆਂ ਖੈ ਬਾਜੀਆਂ ਆਪ ਨਜਿੱਠ। ਬਈ ਮੇਰਾ ਰੌਕੀ ਨਾਲ ਹੁਣ ਕੋਈ ਵਾਹ ਨਹੀਂ, ਸਾਰੀ ਉਮਰ ਉਹਦੇ ਪੱਟ ਦੇ ਪੰਗੂੜੇ ਝੂਟੇ ਨੇ। ਇਹ ਖੂਟਾ ਹੋਰ ਸਹੀ, ਸਾਰੀ ਉਮਰ ਤੇਰੇ ਨਾਲ ਵੀ ਤਾਂ ਖੜਿਆ ਬਾਈ। ਅੱਛਾ, ਅੱਜ ਤਾਂ ਉਹਦੀ ਉੱਚੀ ਉੱਚੀ ਨੱਪੀ ਖੜਾ ਸੀ। ਹਾੜੇ ਨਾ ਕਢਾ ਬਾਈ, ਅੱਜ ਪਿੱਠ ਪੂਰਤ, ਕੱਲ ਜਿੱਥੇ ਕਹੇਗਾ ਹਿੱਕ ਡਾ ਦੂੰਗਾ। 8 ਸਾਲ ਪੁਰਾਣੀ ਯਾਰੀ ਆ ਬਾਈ। ਫਿਰ ਸਾਲਿਆ ਕੁੱਛੜ ਚੱਕ ਲਾਂ, ਜੇ ਇੰਨਾ ਹੀ ਬਾਲ ਉੱਠਦਾ ਤੇ ਚੱਕ ਸਲਾ ਕਮਰੇ ਚੋਂ ਤੇ ਦਾ ਗਿਆ ਗੋਲੀ ਵੈਰੀ ਦੀ ਹਿੱਕ ਵਿੱਚ। ਬੁੱਲ ਸੁੱਟ ਕੀਰਨੇ ਨਾ ਪਾ, ਬਾਜ ਅੰਬਰਾਂ ਤੇ ਖੰਭ ਫੜਕਾਉਂਦੇ ਚੀਕ ਚਿਹਾੜਾ ਨਹੀਂ ਪਾਉਂਦੇ, ਸ਼ਿਕਾਰ ਸਿਰੀਆਂ ਝਰੁੱਟ ਬਾਜ ਖਾਉਂਦੇ ਨੇ। ਨਾਲੇ ਆਪਣੇ ਯਾਰ ਵਾਂਗੂ ਇਕੱਲਾ ਭੌਂਕਦਾ ਨਾ ਰਹਿ ਜੀ, ਚੂੰ ਚੂੰ ਕਰਦਿਆਂ ਨੂੰ ਮੰਡੀਰ ਡਲੇ ਰੋਲੇ ਬਹੁਤ ਮਾਰਦੀ ਆ। ਮੇਰੇ ਕਹਿਣੇ ਤੋਂ ਆਕੀ ਹੋ ਗਿਆ? ਆਕੀ ਮੈਂ ਨਹੀਂ, ਪ੍ਰੀਤ ਹੋ ਗਿਆ। ਕੁੱਤਿਆਂ ਦਾ ਟੋਲਾ ਛੱਡ ਪਗਿਆਣਾ ਚ ਰਲ ਗਿਆ। ਇੰਨੇ ਉਹਦਾ ਤੈਨੂੰ ਵੀ ਕੱਲ ਦੇ, ਪਰ ਤੂੰ ਸਾਲਾ ਰੁੱਖਾ ਬਹੁਤ ਹੈ। ਨਾਲੇ ਤੇਰੀ ਜਵਾਨੀ ਤੇ ਜੋਗਿਆ ਠੰਡੇ ਵਾਸਤੇ ਪੈ ਗਈ, ਪੋ ਦੀਆਂ ਰਾਤਾਂ ਨੇ ਧੀਦੋ ਆਵੀ ਕਦੇ ਸਾਡੇ ਵੀ ਦਰ। ਯਾਰ ਹੁਣੀ ਖੈਰ ਪਾਉਣਗੇ, ਚੁਰਤਾਂ ਦਾ ਇੱਕ ਭਖਦਾ ਟੀਕਾ ਤੇਰੇ ਵੀ ਠੋਕਾਂਗੇ। ਆਪਣੇ ਤੇ ਆਈ ਤਾਂ ਬਿੰਦ ਚ ਆ ਗਿਆ ਨਾ ਆਪਣੀ ਆਈ ਤੇ। ਪ੍ਰੀਤ ਕੀ ਨਿਆਣਪਣਾ ਸਾਲਿਆ, ਜਾਨ ਤੂੰ ਮੇਰੀ, ਤੇਰਾ ਅੱਖੜ ਸੁਭਾਅ ਜੱਟਾਂ ਵਾਲੀ ਅੜੀ ਤੇ ਮੇਰੀ ਅੜੀ ਨਿਆਣਪਣਾ। ਮੇਰਾ ਅੱਗਾ ਤੇਰਾ, ਅਤੀਤ ਤੇਰਾ, ਫੈਸਲੇ ਯਾਰੀਆਂ ਸਭ ਉੱਪਰ ਤਾਂ ਤੇਰਾ ਹੀ ਹੱਕ ਹੈ। ਮੇਰੀ ਜਾਨ ਤਾਂ ਮੇਰੀ ਰਹਿਣ ਦੇ, ਇਹਨੂੰ ਜਿਉਣ ਮੁਕਾਉਣ ਦਾ ਹੱਕ ਤਾਂ ਮੈਥੋਂ ਨਾ ਖੋ। ਪ੍ਰੀਤ, 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 ਓਏ ਪ੍ਰੀਤ, ਦਰਵਾਜ਼ਾ ਖੋਲ ਯਾਰ, ਮੇਰੀ ਗੱਲ ਤਾਂ ਸੁਣ। हाल ही में इंडियन बॉक्सिंग कोच बने वर्याम सिंह सेखों ने आज अपने ओहदे से इस्तीफा दिया, जब उन पर कॉमनवेल्थ टीम के खिलाड़ियों को गैर कानूनी पदार्थ परोसने का इल्जाम लगा। इन पदार्थों पे नेशनल एंटी डोपिंग एजेंसी ने सन 2008 में सरकारी रोक लगा दी थी। ਵਰਿਆਮ ਸਿੰਘ ਸੇਖੋਂ ਦਾ ਨਾਂ ਕਾਮਨਵੈਲਥ ਗੇਮਸ ਦੀ ਫਾਈਨਲ ਟੀਮ ਸਿਲੈਕਸ਼ਨ ਤੋਂ ਕੁਝ ਹੀ ਪਲ ਪਹਿਲਾਂ ਇੱਕ ਸ਼ਰਮਨਾਕ ਡੋਪਿੰਗ ਸਕੈਂਡਲ ਵਿੱਚ ਸਾਹਮਣੇ ਆਇਆ। ਪਦਾਰਥ ਮਲੇਸ਼ੀਆ ਤੋਂ ਮੰਗਵਾਏ ਜਾਂਦੇ ਸਨ ਤੇ ਕੁਝ ਚੋਣਵੇਂ ਚਹੇਤੇ ਖਿਡਾਰੀਆਂ ਦੀ ਜਾਣਕਾਰੀ ਤੋਂ ਬਿਨਾਂ ਉਹਨਾਂ ਦੀ ਖੁਰਾਕ ਵਿੱਚ ਮਿਲਾ ਦਿੱਤੇ ਜਾਂਦੇ ਸਨ। ਐਨਐਸਆਈ ਨੇ ਇਸ ਸਿਲਸਿਲੇ ਵਿੱਚ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ। ਸਟੇਡੀਅਮ ਮੈਂ ਨਾ ਆ ਬਾਈ, ਫੋਨ ਵੀ ਨਹੀਂ ਚੱਕ ਰਿਹਾ। ਕੋਈ ਛੋਰੀ ਕੇ ਸਾਥ ਲਬਜੂ ਲਬਜੂ ਤੋਂ ਨਹੀਂ ਕਰ ਰਿਹਾ? ਜਾਓ ਦੇ ਕਮਰੇ 'ਚ ਦੇਖ ਕੇ। ਰੌਕੀ ਤੂੰ ਸੈੱਟ ਹੈ ਕਿ? ਹੇ ਜੋਕਰ ਜਿਹਾ, ਵਟਸ ਅਪ, ਰੈਡੀ ਟੂ ਰੰਬਲ? ਕੀ ਹੋਇਆ ਰੌਕੀ, ਕੀ ਹੋ ਗਿਆ? ਮੈਨੂੰ ਇੰਡੀਆ ਟੀਮ 'ਚ ਨਹੀਂ ਰੱਖ ਰਹੇ। ਨਹੀਂ ਰੱਖ ਰਹੇ ਕੀ ਮਤਲਬ? ਅਜੇ ਤਾਂ ਫਾਈਨਲ ਸਿਲੈਕਸ਼ਨ ਹੋਣੀ ਆ। ਮੇਰੀ ਨਹੀਂ ਹੋਣੀ। ਤੈਨੂੰ ਕਿਹਨੇ ਕਿਹਾ? ਅੱਛਾ ਚੱਲ, ਇੰਨੀ ਜਿਹੀ ਗੱਲ 'ਤੇ ਉਦਾਸ ਕਿਉਂ ਹੁੰਦਾ? ਮੈਂ ਤੇਰੀ ਸਿਲੈਕਸ਼ਨ ਕਰਾ ਦਾਂਗੀ। ਚੰਗਾ, ਆਈ ਨੋ ਦਾ ਸਪੋਰਟਸ ਮਿਨਿਸਟਰ, ਆਈ ਟਾਕ ਟੂ ਹਿਮ। ਮੈਂ ਤੇਰੇ ਦਾਣ ਪੁੰਨ ਨਹੀਂ ਲੋੜਦਾ। ਮੈਂ ਤੇਰੇ ਤੋਂ ਕੋਈ ਅਹਿਸਾਨ ਨਹੀਂ ਮਨਵਾਉਣਾ। ਆਈ ਜਸਟ ਵਾਂਟ ਹੈਲਪ। ਹੱਥ ਅੱਡੀ ਖੜਾ? ਆਪਣੀ ਵੇਟ ਕੈਟਾਗਰੀ 'ਚ ਤੂੰ ਇੰਡੀਆ ਦਾ ਬੈਸਟ ਬਾਕਸਰ ਆ, ਟੀਮ 'ਚ ਖੇਡਣਾ ਤੇਰਾ ਹੱਕ ਹੈ। ਜੇ ਤੇਰੀ ਸਿਲੈਕਸ਼ਨ ਹੋ ਜਾਂਦੀ ਹੈ ਫਿਰ ਕੀ ਫਰਕ ਪੈਂਦਾ ਕਿ ਕਿਵੇਂ ਹੁੰਦੀ ਹੈ? ਹੱਕ ਲੀਲੜੀਆਂ ਕੱਢ ਨਹੀਂ ਮਿਲਦੇ ਨਵੇੜਾ। ਗੱਲ ਸੁਣ, ਮੈਂ ਪ੍ਰੀਤ ਨਹੀਂ ਹੈਗੀ ਕਿ ਜੋ ਬੋਲੇਗਾ ਸੁਣ ਲਾਂਗੀ। ਤੂੰ ਜੋ ਕਰਨਾ ਕਰ, ਸੀ ਵਾਟ ਆਈ ਕੇਅਰ। ਲਿਸਨ, ਆਈ ਐਮ ਸੋਰੀ, ਪਰ ਤੇਰੇ ਤੱਕ ਗੱਲ ਪਹੁੰਚਾਉਣੀ ਬਹੁਤ ਔਖੀ ਹੋ ਜਾਂਦੀ ਹੈ।
मैं तो सिर्फ तेरी इबादत, I'm sorry. मैं जान के नहीं। नेड़े ना ही मेरे। इबादत। हाथ ना ला मेनू। लीव। जा। जा। Both players come forward. No hitting below the belt. No clinching. I want a clean fight. Okay? ਰਿੰਗ ਦੇ ਚੌਹਾਂ ਗੁੱਠਾਂ ਦਰਮਿਆਨ ਕੱਟੀ ਜ਼ਿੰਦਗੀ ਨਹੀਂ ਹੁੰਦੀ, ਰਿੰਗ ਤੋਂ ਬਾਹਰ ਜ਼ਿੰਦਗੀ ਖੇਡ ਨਹੀਂ। ਜ਼ਿੰਦਗੀ ਕਦੇ ਕਦਾਈ ਈਨ ਮਨਾਈ ਜਾਂਦੀ ਹੈ। ਬੰਦਾ ਚਾਹੇ ਕਿੰਨਾ ਵੀ ਜੁਝਾਰ ਹੋਵੇ, ਹਾਰ ਜ਼ਿੰਦਗੀ ਲਈ, ਖੇਡ ਲਈ ਅਹਿਮ ਹੈ। ਹਾਰ ਜਿੱਤਣਾ ਸਿਖਾਉਂਦੀ ਹੈ। ਰਾਜਦੀਪ, ਤੂੰ ਇਸ ਮੁਲਕ ਦਾ ਸਿਰਮੌਰ ਬਾਕਸਰ ਹੈ, ਪਰ ਤੇਰੀ ਸਿਲੈਕਸ਼ਨ ਨਹੀਂ ਹੋਣੀ ਬੱਚੇ। ਤੇਰਾ ਰਵੱਈਆ ਹਰ ਘੜੀ ਇੰਡੀਆ ਲੈਵਲ ਸਪੋਰਟਸਮੈਨ ਦਾ ਹੋਣਾ ਚਾਹੀਦਾ ਹੈ। ਅੱਲੜਾਂ ਦੀ ਲਾਪਰਵਾਹੀ ਤੈਨੂੰ ਸੋਭਦੀ ਨਹੀਂ। ਲੋਕ ਤੈਨੂੰ ਟਿਕਦਾ ਵੇਖਣਾ ਚਾਹੁੰਦੇ ਹਨ। ਪਰ ਤੂੰ ਡਿੱਗਣਾ ਨਹੀਂ ਬੱਚੇ। रॉकी, Brother!
रॉकी अपना भाई मर गया। आखी जे बुक ना लाया था हो जाओ तेनू सी हो जाए मैनू मैं पुलिस को नहीं जाना प्लीज मैनू घरे छड़ दे रॉकी देना छड़दा बीबा मुंडे दा की नाम है रॉकी रॉकी की मेंटल जाके गड्डी च बैठ मंत्री साहब ने समझाने की तो मेरी हैसियत है नहीं जे तुसी ही विचार लेंदे निरी आफत गल पाउण वाली गल है ओह गॉड तेरी मैनू मत देण देवे ने मुंशी करी ने बा वकीली ना कोट रॉकी जिंदगी दे सारे तीर तुके लौट आ गए यार कदे कदे डर लगता है कि कोई रोंद ही ना मार जाए रोंद छड़ रोंद मारे तेरे तो जानी तां वारनी आ दिला मैं सीरत नूं व्याह लई मना ले ओ कमली जी नूं साले उहदा बहुत गालड़ी है उहदे बारे कुछ ना बोली प्यारे लगोंगे इकट्ठे इक काटो एक बलूंगड़ा कॉमनवेल्थ मगरों तो इंडिया स्टार होएगा रेलवे वाले आड़ी दे ब्याह ते आएगा ओ साल्या ब्याह तो मैं धईए दे ताए दे छोटे मुंडे का भी देखना तेरे नाल ता जाने मेरी इसे ब्याह तक जाना तू हुक्म ता कर दावे असी दिंदे जान यारा पर तैनू जिंदगी चो ना दिंदे जान यारा हुक्म तक कर दावे असी दिंदे जान यारा पर तैनू जिंदगी चो ना दिंदे जान यारा ਮੈਥੋਂ ਦੂਰ ਕਿਉਂ ਚੱਲਦੇ ਹੀ ਰਹਿੰਦੇ ਯਾਰ ਅਗਲੇ ਸ਼ਿਕਵੇ ਜਾਨੋ ਪਿਆਰੇ ਵਿਛੜਨ ਤੇ ਕਦੋਂ ਨੇ ਟਿਕਾਣੇ ਯਾਰਾ ਦਿਲ ਟਿਕਦੇ ਹੋ
गया मैथों दूर क्यों जलदे ही रहिंदे यारा गिले शिकवे जानो प्यारे विछड़न ते कदों ने टिकाणे यारा दिल टिकदे मरदे दम तक नाल खड़ू गल्लां तेरियां हार गियां हंजू परन गवाइयां वे तेरे मेरे प्यार दी तेरी यारी ऐनी ही क्यों सी मेहमान यारा पर तेनू जिंदगी चों ना दिंदे जान यारा तू हुक्म ता करदा वे असी दिंदे जान यारा पर तेनू जिंदगी चों ना दिंदे जान यारा जे जिम च लोहा तोड़न दी ते प्रोटीन दे डब्बे मकाउन दी रता भर भी मानता हुंदी तां हल्के दे सारे मोहतबर बंदे तेरे गल सरोपे पा तेरे नाल फोटां खिचाउंदे पर जे कोई अद्धे किले च जिंदरा लैके तैनू सीधी वट पाउण नू कह दे ना तां तू सारे इलाके च मेरी मिट्टी पलीत करा देगा गल दस भाई वारी दा वट्टा लाउण नू मैं सारे अड़िक्के हटाते सी शेर गिल्लां दे लहू डोलन वाले दा मैं तुपका तुपका लहू बहाउणा सी पर बाई दे कॉल हुण काका जी नू कच्चे जापदे आ जे झटका ही नबेड़ा करना सी तां एस एस पी नू फोन कराउण दी की लोड़ सी अली अली करदे पिड़ ची चढ़ाई कर दिंदे छवियां लैके ਮੈਨੂੰ ਛੱਡ ਲੈ ਪੁੱਤ ਗੋਲਡ 8 ਸਾਲ ਪੁਰਾਣੀ ਯਾਰੀ ਸੀ ਸਿਆਸੀ ਦਾਬੇ 'ਚ ਘੋਟ ਕੇ ਪੀਤੇ ਨਹੀਂ ਲੱਗਦੇ ਸ਼ੇਰਗਲ ਸਾਹਿਬ ਸ਼ਾਸਕਾਂ ਨੂੰ ਪਰਚਾ ਬਹੁਤੀ ਪਜਲਾਉਣੀ ਨਹੀਂ ਚਾਹੀਦੀ ਸਾਲੀ ਪੁੱਤਰ ਜਾਂਦੇ ਆ ਪੁੱਤਰਿਆਂ ਗੱਲ ਪੰਚਾਲੀ ਤਾਂ ਮੈਂ ਪਿੰਡ 'ਚ ਪਾ ਦੇਵਾਂ ਮਸਲਾ ਇਹ ਨਹੀਂ ਮਸਲਾ ਇਹ ਹੈ ਕਿ ਸ਼ਾਸਕਾਂ ਦਾ ਸ਼ਿਕਾਰ ਖੋਣ ਦਾ ਪਰਚਾ ਨੂੰ ਤੰਡ ਕੀ ਲਾਇਆ ਜਾਏ ਡਰਾਵੇ ਟੱਪੂ ਟੱਪੂ ਕਰਦੇ ਪਾਰਟੀ ਵਰਕਰਾਂ ਦੇ ਕਸਿਓ ਸ਼ੇਰਗਲ ਸਾਹਿਬ ਕਾਕੇ ਸ਼ਾਹੀ ਅਥਰੇ ਸਾਣ ਨਹੀਂ ਕਾਬੂ ਕਰ ਸਕਦੀ ਨਾਲੇ ਵਿਚਾਰੇ ਉਹ ਖੁਸਦੇ ਤਖਤਾਂ ਤਾਜਾਂ ਦੀ ਸੁਰਖੀਆਂ 'ਚੋਂ ਨਾ ਪੁੱਛਦਾ ਵੈਰੀ ਦਾ ਹੁਣ ਕਲਮ ਕਾਨੂੰਨ ਵਾਲੇ ਆਉਣਗੇ ਕਾਤਲਾਂ ਦੀ ਪੈੜ ਦੱਬੀ ਸ਼ੇਰਗਲ ਸਾਹਿਬ ਚੌਕਸ ਹੋ ਜਾਓ ਐਤਕੀ ਨਾ ਢਿੱਲ ਵਰਤੇ ਹੋ ਕੁੜਤੇ ਨੂੰ ਵੱਟ ਪੈਂਦੇ ਨੇ ਮਾਵਾ ਲਾ ਕੇ ਰੱਖਿਆ ਕਰੋ ਚੰਗਾ ਕੀਤਾ ਤੂੰ ਆ ਗਿਆ ਮੈਂ ਵੀ ਬਸ ਚੱਲਿਆ ਹੀ ਸੀ
रॉकी ओए दिला कमला हो गया इंडिया स्टार दी जान है जाने मेरी कितने नहीं निकलती राजदीप यूनिवर्सिटी के एक विद्यार्थन के नाल बलात्कार के यतन का दोष है जब कुड़ी ने रॉकी का विरोध किया तो रॉकी ने बेरहमी नाल कुड़ी नाल कुटमार भी की पंजाब की जवानी लिए बनिया एक प्रेरणा चिन्ह आज पंजाब दी आसा तोड़ समुचे पंजाबियों का सिर मुल्क ते मनुखता मूहरे निवा गया आओ गल करिए रॉकी जी अपनी बदकारी से कोई भी पछतावा है तो उन्हें पंजाब के लोगों नाल सांझा करो ਜਿਨ੍ਹਾਂ ਨੇ ਤੁਹਾਡੇ 'ਤੇ ਭਰੋਸਾ ਕਰ ਤੁਹਾਨੂੰ ਇਹ ਸ਼ੌਹਰਤ ਦਵਾਈ ਜਿਸ ਕੁੜੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਉਸ ਨਾਲ ਪੁਰਾਣੇ ਤੁਹਾਡੇ ਕੀ ਸੰਬੰਧ ਨੇ ਬੋਕਸਰ ਗੈਂਗਸਟਰ ਜਾਂ ਰੇਪਿਸਟ ਇਸ ਵਕਤ ਤੁਹਾਡੇ 'ਤੇ ਕਿਹੜਾ ਕਿਰਦਾਰ ਸਭ ਤੋਂ ਵੱਧ ਹਾਵੀ ਹੈ ਕੀ ਇਹ ਹਰਕਤ ਵਰਿਆਮ ਸਿੰਘ ਸੇਖੋਂ ਦੁਆਰਾ ਪਰੋਸੇ ਗਏ ਗੈਰ ਕਾਨੂੰਨੀ ਪਦਾਰਥਾਂ ਦਾ ਨਤੀਜਾ ਹੈ ਰੌਕੀ ਜੀ ਰੌਕੀ ਜੀ ਰੌਕੀ ਜੀ ਰੌਕੀ ਜੀ ਕੁਝ ਬੋਲੋ ਰੌਕੀ ਜੀ ਕੁਝ ਬੋਲੋ ਪਲੀਜ਼ ਰੌਕੀ ਜੀ ਜਵਾਬ ਦਿਓ ਸਾਡੇ ਬਾਬੇ ਕਹਿੰਦੇ ਸੀ ਚੱਲਣ ਹਨੇਰੀਆਂ ਆਫਤਾਂ ਘਨੇੜੇ ਜੱਟ ਆਈ ਉੱਤੇ ਆਏ ਪੌਣ ਖੁਦਾ ਨੂੰ ਵੀ ਗੇੜੇ ਇੰਦਰਪਾਲ ਜੀ ਮੁਸ਼ਕਲਾਂ ਬੰਦਿਆਂ 'ਤੇ ਆਉਂਦੀਆਂ ਨੇ ਦਿਲ ਨਹੀਂ ਛੱਡੀਦਾ ਪਰ ਬੱਚਿਆਂ 'ਤੇ ਆਈਆਂ ਦਾ ਕੀ ਤੋੜ ਲੱਭੀਏ ਮਾਪੇ ਤਾਂ ਜਮਾਂ ਹੀ ਬੇਬਸ ਹੋ ਜਾਂਦੇ ਨੇ ਇਬਾਦਤ ਦੇਖ ਲਓ ਉਹ ਦੱਸਦੀ ਕੁਛ ਨਹੀਂ ਬਸ ਕਮਰਾ ਬੰਦ ਕਰਕੇ ਰੋਈ ਜਾਂਦੀ ਹੈ ਤੁਸੀਂ ਮੇਰੀ ਦੁਚਿੱਤੀ ਨੂੰ ਜਾਇਜ਼ ਜਾਣਿਓ ਸ਼ੇਰਗਿੱਲ ਸਾਹਿਬ ਜਿੱਥੇ ਕਰੀਬੀ ਸਾਥੋਂ ਪਾਸਾ ਵੱਟ ਰਹੇ ਨੇ ਤੁਸੀਂ ਉੱਥੇ ਸਾਗ ਜੋੜਨਾ ਚਾਹੁੰਦੇ ਪਰ ਅਸੀਂ ਇਬਾਦਤ ਨਾਲ ਗੱਲ ਕੀਤੇ ਬਗੈਰ ਕੋਈ ਫੈਸਲਾ ਨਹੀਂ ਲੈ ਸਕਦੇ ਇਬਾਦਤ ਇਬਾਦਤ ਵਾਟਸ ਰੋਂਗ ਵਿਦ ਯੂ ਸ਼ੇਰਗਿੱਲ ਜੀ ਮੈਂ ਆਪਣੀ ਬੇਟੀ ਦੀ ਗੁਸਤਾਖੀ ਲਈ ਤੁਹਾਡੇ ਤੋਂ ਮਾਫੀ ਮੰਗਦਾ ਬਹਿ ਜਾ ਗੁੱਡੀ ਬੈਠ ਮਨਿੰਦਰ ਪੁੱਤ ਸਾਨੂੰ ਨਹੀਂ ਪਤਾ ਤੁਹਾਡੇ ਵਿੱਚ ਕੀ ਚੱਲ ਰਿਹਾ ਦਸਾਂ ਨੌਹਾਂ ਦੀ ਕਿਰਤੀਆਂ ਦੇ ਵਾਰਸ ਆ ਉਂਗਲਾਂ ਦੇ ਚਟਕੋਰੇ ਨੇ ਧੌਣ 'ਚ ਕਿੱਲਾ ਰੱਖਦੇ ਆ ਪਰ ਕੰਗਰੋੜ ਨਹੀਂ ਗੁੱਡੀ ਵੀ ਵਿੱਚ ਬੈਠੀ ਆ ਸਾਰੀ ਗੱਲ ਖੋਲ੍ਹ ਲਓ ਜਾਇਜ਼ ਨਜਾਇਜ਼ ਦਾ ਜਾਇਜ਼ਾ ਲੈਣਾ ਵੀ ਜ਼ਰੂਰੀ ਆ ਅਤੇ ਅਹਿਮ ਹੈ ਕਿ ਤੁਸੀਂ ਸਾਡੇ ਬਾਰੇ ਕੋਈ ਦੁਚਿੱਤੀ ਨਾ ਰੱਖੋ ਅਤੇ ਫਿਰ ਗੁੱਡੀ ਦਾ ਸਾਕ ਅਸੀਂ ਛੋਟੇ ਲਈ ਲਵਾਂਗੇ ਅਸਾਈਨ ਕਰ ਦਿਓ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੈਦੀ ਦਾ ਨਾਮ ਰਾਜਦੀਪ ਸਿੰਘ ਰਾਜਦੀਪ ਸਿੰਘ ਰੌਕੀ ਬੋਕਸਰ ਹੈ
ਓਏ ਸੌਰੀ ਦਿਆ, ਅਜੇ ਚਾਰ ਦਿਨ ਨਹੀਂ ਹੋਏ ਪ੍ਰਾਹੁਣੇ ਨੂੰ ਸਹੁਰੇ ਆਇਆ, ਉਹ ਸਾਲੀਆਂ ਨੂੰ ਚਾਰ ਸ਼ਗਨ ਤਾਂ ਕਰ ਲੈਂਦੇ ਹੋ। ਉਹ ਕਦੇ ਮਾਂ ਪੜਦੀ ਹੈ ਕਦੇ ਦਾਦਾ। ਬੰਦੇ ਦਾ ਪੁੱਤ ਬਣ ਅਤੇ ਦੌੜ ਜਾ ਇੱਥੋਂ, ਉਹਨੇ ਨਹੀਂ ਹੁਣ ਕਿਸੇ ਨੂੰ ਮਿਲਣਾ, ਅਸੀਂ ਬਥੇਰਾ ਕਹਿ ਹਟੇ। ਜਾ ਭੱਜ ਜਾ। ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਨ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾ। ਮੈਨੂੰ ਪੁੱਗਦਾ ਸੀ ਤੇਰਾ ਸਾਥ ਦਿਲਾ, ਤੇਰੀ ਯਾਦ ਰਵਾਉਂਦੀ ਏ ਰੋਵਾਂ ਮੈਂ ਹਰ ਇੱਕ ਰਾਤ ਦਿਲਾ। ਖੂਨ ਡੋਲ ਕੇ ਵੀ ਮੈਨੂੰ ਪੁੱਗਦਾ ਸੀ ਤੇਰਾ ਸਾਥ ਦਿਲਾ, ਤੇਰੀ ਯਾਦ ਰਵਾਉਂਦੀ ਏ ਰੋਵਾਂ ਮੈਂ ਹਰ ਇੱਕ ਰਾਤ ਦਿਲਾ। ਕੀ ਦੀਆਂ ਦਸ ਗਰਾਰੀਆਂ ਦੇ ਅੱਗੇ ਹੁਣ ਮੈਂ ਚੁੱਕਣਾ, ਲੱਗਦਾ ਰਾਬਤਾ ਸਾਹਾਂ ਦਾ ਇੱਥੇ ਹੀ ਬਸ ਮੁੱਕਣਾ। ਮੈਂ ਕੀ ਦੀ ਯਾਰੀ ਤੇ ਕਰਨਾ ਦਸ ਮਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਤੂੰ ਹੁਕਮ ਤਾਂ ਕਰਦਾ ਵੇ। ਸਾਲਿਓ ਆ ਕੀ ਜੂਤ ਪਤਾਨ ਲਾਇਆ ਓਏ? ਭਾਈ ਉਈ ਬਾਂਦਰ ਕਿਲਾ ਜਿਹਾ ਖੇਡਦੇ ਸੀ ਤੇਰਾ ਬਣਾਵਾ ਬਾਂਦਰ ਨਾ ਭਾਈ ਅੱਜ ਗਗਨ ਦੀ ਵਾਰੀ ਹੈ ਭਾਈ, ਆਇਆ ਰੈਡੀ ਹੋ ਜਾ ਯਾਰ। ਕਰਤਾ ਭੁੱਲ ਜਾਣਾ ਮੈਨੂੰ। ਆਹੋ ਮੈਂ ਤਾਂ ਇੱਥੇ ਕੰਧਾਂ 'ਤੇ ਔਸੀਆਂ ਪਾਉਣ ਨੂੰ ਰੱਖੀ ਹੋਈ ਆ ਨਾ ਬਾਈ, ਜੇ ਫਰੂਟੀ ਨੂੰ ਨਾਲ ਲੈ ਜੇ ਤਾਂ ਇੱਕ ਹੋਰ ਕੰਮ ਕਰ ਬਾਈ, ਨਵਾਂ ਮੁਰਗਾ ਆਇਆ ਇਹਨੂੰ ਚਾੜ ਸਿੱਖੇ। ਰੇ ਪੇਸਟਾ ਸਿਧਰਾ ਬਾਈ, ਭੁੰਨ ਭੁੰਨ ਖਾਇਆ ਕਰੀ, ਤਾੜ ਸਹੀ, ਝੋਟੇ ਵਰਗਾ ਡੀਲ ਡੋਲ, ਇਹਦਾ ਬਣਾ ਬਈ ਬਾਂਦਰ। ਤੇਰਾ ਬਣਾਵਾ ਬਾਂਦਰ, ਚੱਕ ਲਾ ਅੱਡੀਆਂ, ਚੀ ਸੁੱਟਦੀ ਆ ਤੇਰੇ। ਹਾਏ ਨਾ ਪੈਂਦੀ ਆ ਧੱਕ ਚੈਂਪੀਅਨ। ਇੱਕ ਮਿੰਟ ਹੁਣ ਪਾਵੀ ਧੱਕ। ਅੱਛਾ ਲੜਿਆ 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 ਸਾਲੇ ਦੇਠੂ ਹਾਂ ਲੜਿਆ।
ਤੇਰਾ ਭਲਾ ਹੋਵੇ। ਕਿਹੜੇ ਵੇਲੇ ਨਿਉ ਗਿਆ ਪੈ ਗਈ ਵਾਰੀ ਡੂ ਡੂ ਕਰਦਾ ਸੁਰਗਾਂ ਨੂੰ ਹੋ ਗਿਆ ਹੋ ਗਿਆ। ਪਾ ਦੇ ਰੋਟੀ। ਬਾਈ ਆ ਕੱਖ ਕੰਡਾ ਬਹੁਤ ਹੋ ਗਿਆ ਆਪਣੇ ਕਿ ਨਹੀਂ? ਓ ਚੱਕ ਲੈ ਖਰੋੜੇ। ਪੁੱਛਦਾ ਕੀ ਹੈ? ਚਾਰ ਮਾਰ ਚਾਂਟੇ ਤੇ ਚਾੜ ਕੁੱਤੀ ਖਜੂਰ ਤੇ। ਨਾਨਸੈਂਸ, ਬਦਤਮੀਜ਼। ਰੋਕੇ ਹੱਥ ਛੱਡ, ਪਿਓ ਨਾ ਬਣਿਆ ਕਰ ਮੇਰਾ। ਯਾਰੀ ਵਾਲਾ ਢੋਲ ਗਲੋਂ ਲਾ ਦੇ, ਹੁਣ ਨਹੀਂ ਤੇਰੇ ਡੱਗਿਆਂ 'ਤੇ ਨੱਚਦਾ। ਪ੍ਰੀਤ ਕੀ ਨਿਆਣਪੁਣਾ ਸਾਲਿਆ, ਜਾਨ ਆ ਤੂੰ ਮੇਰੀ। ਤੇਰਾ ਅੱਖੜ ਸੁਭਾਅ ਜੱਟਾਂ ਵਾਲੀ ਅੜੀ ਅਤੇ ਮੇਰੀ ਅੜੀ ਨਿਆਣਪੁਣਾ। ਮੇਰਾ ਅੱਗਾ ਤੇਰਾ, ਅਤੀਤ ਤੇਰਾ, ਫੈਸਲੇ ਯਾਰੀਆਂ ਸਭ ਉੱਪਰ ਤਾਂ ਤੇਰਾ ਹੀ ਹੱਕ ਹੈ। ਮੇਰੀ ਜਾਨ ਤਾਂ ਮੇਰੀ ਰਹਿਣ ਦੇ, ਇਹਨੂੰ ਜਿਉਣ ਮੁਕਾਉਣ ਦਾ ਹੱਕ ਤਾਂ ਮੈਥੋਂ ਨਾ ਖੋ। ਸੌਂ ਗੁਰੂ ਦੇ, ਤੈਨੂੰ ਮੈਂ ਦੜ ਵੱਟੀ ਵੇਖ ਟਿਕਾ ਆ ਗਿਆ ਜਿਤਨੂੰ ਮਰ ਜਾਣਿਆ। ਆ ਮਾਊ ਬਣਿਆ ਬਾਹਲੇ ਪਿਆਰਾ ਲੱਗਦਾ, ਲੋਕ ਤਾਂ ਸਾਲੇ ਕੁੱਤੇ ਐਵੇਂ ਸਵਾਸ ਲੈਂਦੇ ਨੇ। ਅਖੇ ਰੋਕੀ ਤਾਂ ਹੁਣ ਵਿੱਚ ਹੀ ਹੁਕਮੋ ਦਿੰਦਾ, ਦਿਹਾੜੀ ਸਾਰੀ ਨੋਹਾਂ ਨਾਲ ਕੰਧਾਂ ਖੁਰਚਦਾ ਰਹਿੰਦਾ, ਖਾਮ ਖਾਂ ਟਿੱਕੇ ਨੂੰ ਲਤਾੜਦੇ ਨੇ। ਇਬਾਦਤ 'ਤੇ ਮੈਂ ਵਿਆਹ ਕਰਾ ਰਿਹਾ, ਆ ਪਹਿਲਾ ਕਾਰਡ ਰੱਖੀ ਪਾ ਲਈ। ਭਾਜੀ ਮੋੜੀ ਚੱਕਤਾ ਲੈ ਉਹ ਸਾਲਿਆ, ਉਹ ਐਡੀ ਉੱਚੀ ਥਾਂ ਵੈਰ ਪਾਏ ਦਾ ਪੋਰਾ ਤਾਂ ਮੁਲਤਾਰ ਦੇ। ਕਸੁੰਨਣੀ ਤਾਂ ਇੱਕ ਅੱਧੀ ਕਾਲੀ ਵਾ ਦੇ, ਜਾਂ ਮੰਨ ਲਾ ਰੋਕੀ ਤੂੰ ਖੱਸੀ ਹੈ ਤੇ ਤਰਲੇ ਪਾ ਮੇਰੇ। ਸ਼ਾਇਦ ਆਪਣੇ ਯਾਰ ਦੀ ਮੌਤ ਨਾ ਮਰੇ, ਪਰ ਮਿੰਤ ਤਰਲਾ ਤਾਂ ਮਾਰਨਾ ਪੈਣਾ। ਖੱਸੀ ਦਾ ਵੀ ਕਿਆ ਕਰਨਾ ਦੱਸ, ਨਾਲੇ ਇੱਕ ਅੱਧਾ ਵੱਲ ਜਿਹੜਾ ਰਹਿ ਗਿਆ ਤੇਰੇ 'ਚ, ਉਹ ਜੇਲ੍ਹ 'ਚ ਪਾਲ ਤੋਂ ਮੇਰੇ ਛਾਲਾਂ ਮਾਰ ਮਾਰ ਕੱਢ ਦੇਣਗੇ। ਤੂੰ ਬਸ ਉੱਠਦੀ ਚੀਕ ਨਾ ਦੱਬੀ। ਤੇਰੇ ਯਾਰ ਨੇ ਕਹਿੰਦੇ ਨੇ ਬੜੀਆਂ ਚੰਗ ਨਾਲ ਸੁੱਟੀਆਂ ਸਨ। ਦਵਿੰਦਰ ਹੋਣੀ ਹੈ ਸਾਲੇ ਕਰੜੇ ਨੇ, ਦੱਸ ਵਿਚਾਰਾ ਜਵਾਕ ਟੰਗਦਾ। ਪਰ ਡਰੀ ਨਾ, ਸੁਭਾਨ ਰਹੀ, ਤੈਨੂੰ ਤੇਰੇ ਯਾਰ ਦੀ ਮੌਤ ਨਹੀਂ ਮਾਰਾਂਗੇ। ਤੇਰੀ ਸਜ਼ਾ ਤਾਂ ਹੋਰ ਵੀ ਸਖ਼ਤ ਹੈ ਕਰਾਂਗੇ।
ਸਦਕੇ ਜਾਵਾਂ ਬੱਲਾ ਤੇਰੇ ਜੁੱਸੇ ਦੇ। ਉਫ ਕਿਆ ਬਣਤਰ ਹੈ, ਤੈਨੂੰ ਪਤਾ ਸਾਰੇ ਤੇਰਾ ਨਾਂ ਲੈ ਲੈ ਮੈਨੂੰ ਛੇੜਦੇ ਆ। ਉਫ ਸੱਚ ਕੱਲ੍ਹ ਸ਼ੇਰ ਗਿੱਲ ਦਾ ਭਾਈ ਆਇਆ ਸੀ, ਤੇਰਾ ਲੱਕ ਸਿੱਕਣ ਨੂੰ ਕਹਿੰਦਾ ਸੀ। ਇਸ ਜ਼ਾਲਮ ਜੇਰੇ ਦਾ ਨਾ ਉਹ ਵੀ ਮੈਨੂੰ ਕਾਇਲ ਲੱਗਦਾ ਹੈ। ਲੁੱਚੇ ਨੇ ਤਾਂ ਆਪਣੀ ਕਰਨੀ ਭਰਨੀ ਸੀ, ਅਸੀਂ ਤੇਰੇ ਹੱਕ ਦੇ ਬੰਦੇ ਹਾਂ ਬਾਈ। ਦੇਖ ਬਾਈ ਅੱਗੇ ਨਾ ਵਧੀ, ਅਸੀਂ ਤਿੰਨਾਂ ਨੇ ਕੋਈ ਕਦਮ ਨਹੀਂ ਚੱਕਣਾ ਸੀ। ਦੇਖ ਮੈਂਟਲ ਵੀਰੇ, ਮੈਂਟਲ ਯਾਰ ਉੱਥੇ, ਮੈਂਟਲ ਯਾਰ ਨਾ ਤਾਂ ਦੱਸ ਤੂੰ ਇਹਦਾ ਕੀ ਆ। ਰੌਕੀ ਨਾਲ, ਰੌਕੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਰੌਕੀ ਨਾ ਚਿਹਰੇ ਉੱਤੇ ਨਮੋਸ਼ੀ ਨਾ ਅੱਖਾਂ 'ਚ ਅਫਸੋਸ, ਚਾਲ ਗਰਬੀਲੀ ਤੇ ਨਜ਼ਰਾਂ ਧਾਰਾ 354 ਨੂੰ ਵੰਗਾਰ ਗਈ। ਕੁਝ ਇਸ ਕਦਰ ਦੇ ਹਾਵ ਭਾਵ ਸਨ ਮੁਜਰਿਮ ਰੌਕੀ ਦੇ ਜੋ ਹੁਣੇ ਹੀ ਕੋਰਟ ਵਿੱਚ ਦਾਖਲ ਹੋਇਆ। ਸਪੋਰਟਸ ਹੋਸਟਲ ਦੀ ਆੜਮਲ, ਲੜਕੀਬਾਜ਼ੀ ਅਤੇ ਬਦਮਾਸ਼ੀ ਦੀ ਦੁਨੀਆਂ ਵਿੱਚ ਆਪਣੀ ਧਾਕ ਜਮਾਉਣ ਵਾਲਾ ਰਾਜਦੀਪ ਸਿੰਘ ਉਰਫ ਰੌਕੀ ਅੱਜ ਆਪਣੀ ਪੇਸ਼ੀ ਭੁਗਤਣ ਲਈ ਪਟਿਆਲਾ ਕੋਰਟ ਪਹੁੰਚਿਆ ਹੋਇਆ ਹੈ। ਰਾਜਦੀਪ ਸਿੰਘ, ਰਾਜਦੀਪ ਸਿੰਘ, ਮੈਨੂੰ ਨਹੀਂ ਲੱਗਦਾ ਤੂੰ ਇਸ ਕੇਸ ਦੀ ਸੰਜੀਦਗੀ ਨਾਲ ਵਾਕਿਫ ਹੈ। ਜੇ ਹੁੰਦਾ ਤਾਂ ਤੇਰਾ ਸਾਰਾ ਧਿਆਨ ਇੱਥੇ ਹੋਣਾ ਸੀ। ਬਰਾੜ ਸਾਹਿਬ, ਜਿਸ ਨੈਸ਼ਨਲ ਚੈਂਪੀਅਨ ਲਈ ਤੁਸੀਂ ਲੜ ਰਹੇ ਹੋ ਉਸਨੂੰ ਆਪਣੇ ਜੁਰਮ ਦਾ ਪਛਤਾਵਾ ਤਾਂ ਕੀ? ਉਸਨੂੰ ਤਾਂ ਆਪਣੇ ਜੁਰਮ ਦਾ ਅਹਿਸਾਸ ਤੱਕ ਨਹੀਂ। ਮਾਈਆਂ ਪਏ ਤੇ ਚੰਗੇ ਘਰਾਂ ਦੀਆਂ ਕੁੜੀਆਂ ਆਪਣੇ ਹੋਣ ਵਾਲੇ ਸ਼ੌਹਰ ਨੂੰ ਨਹੀਂ ਮਿਲਦੀਆਂ। ਤੂੰ ਚੰਦਰੀਏ ਯਾਰ ਨੂੰ ਮਿਲਣ ਚੱਲੀ ਸੀ। ਸਾਡੀਆਂ ਸਰਕਾਰਾਂ ਦੇ ਰੂਪ ਬਾਈ ਰੌਕੀ। ਓ ਤੇਰੀ ਬਾਈ, ਤੇਰਾ ਚਗਲਾ ਤਾਂ ਇੰਦਰ ਦੀਆਂ ਪਰੀਆਂ ਚੁੰਬ ਚੱਟ ਕੇ ਹੀ ਮੁੜਦਾ ਹੁਣ। ਅੱਛਾ
ਘਟਾਲਾ ਪੁੱਸ ਸਾਲਾ ਡੇਲੇ ਨਾ ਸੁੱਟ ਲਈ ਕਿਤੇ। ਉਹ ਗੱਲ ਦਿਲ ਤੇ ਨਾ ਲਾਇਆ ਕਰ ਡਾਰਲਿੰਗ, ਔਖੇ ਵੇਲੇ ਤਲਵਾਰਾਂ ਵੀ ਸਹਿਣੀਆਂ ਪੈਂਦੀਆਂ ਨੇ ਪਿੰਡੇ ਉੱਤੇ। ਇਹ ਤਾਂ ਲੜਾ ਫਿਰ ਬੋਲਣਾ। ਹੁਕਮ ਦੇ ਦੱਸ ਕੀ ਨਬੇੜੀ ਹੈ ਸ਼ੇਰ ਗਿਰ ਦਾ? ਉਹ ਖੱਟ ਲਾ ਰਾਜੇ ਵੈਲਪਣਾ, ਨਹੀਂ ਪੈ ਗਈ ਮੌਕ। ਮੈਂ ਕਰੀ ਸੀ ਗੱਲ ਮਨਿੰਦਰ ਸ਼ੇਰਗਿੱਲ ਨਾਲ, ਤੇਰਾ ਪੱਖ ਵੀ ਰੱਖਿਆ ਉਹਦੇ ਮੂਹਰੇ। ਰੌਕੀ ਨਾਲ ਦੱਸਦਾ ਸੀ ਪੁਰਾਣੀ ਲਾਗ ਡਾਟ ਆ। ਦੱਸ ਫਿਰ ਪ੍ਰੀਤ ਸਿਆ ਕਿਵੇਂ ਕਰੀਏ? ਮਨਿੰਦਰ ਸ਼ੇਰਗਿੱਲ ਤਾਂ ਦੋ ਟੁੱਕ ਫੈਸਲਾ ਚਾਹੁੰਦਾ। ਕਣਕ ਨਾਲ ਭੋੜਿਆ ਭੁਣਦਾ ਪਿਸਦਾ ਹੀ ਹੁੰਦਾ। ਵਾਟੇ ਨਹੀਂ ਛੱਡਦਾ, ਇੱਕ ਰਾਤ ਚ ਨੀ ਪਾਪੀਆ ਰੰਗ ਲੈਦੇ ਹੁੰਦੇ। ਦੇਖ ਲਾ ਕੱਲ ਫਲੈਟ ਆ ਬਾਈ ਦੀ, ਅੱਜ ਲੱਗਿਆ ਕਰੀਮਾਂ ਦੀਆਂ ਕਸਰਾਂ ਕੱਢਣ। ਅਗਲਾ ਸਕੀਮ ਲਾ ਕੇ ਕਾਮਨਵੈਲਥ ਚੱਲਿਆ ਤੇ ਉਹ ਵੀ ਆਸਟ੍ਰੇਲੀਆ। ਵੀਰੇ ਚਾਵਾਂ ਲੈ ਕੇ ਆਵਾਂ? ਕੋਚ ਸੁੱਟ ਸਾਲੀ ਕਾਲੀ ਚੰਮ। ਚਲੋ ਭੱਜ ਭੂਤ ਨੀ ਦਿਓ, ਕਿਤੇ ਥੋੜੀਆਂ ਭੈੜੀਆਂ ਬੂਥੀਆਂ ਦਾ ਰੰਗ ਨਾ ਚੜ ਜੇ। ਚੰਗਾ ਵੀਰ ਤੂੰ ਮਾਰ ਰਗੜਾ, ਸਵੇਰੇ ਮਿਲਦੇ ਫਿਰ। ਗੁੱਡ ਨਾਈਟ। Thank you.
मैं सब कुछ हर गया कोच साहब, की जिंदगी ते की खेड़। हुण दसो कोच साहब, किस उत्ते जित पावां मैं? मुजरिम बनाता जी ना बच्चे, इदा हार नहीं मनी दी। असी कल पुलिस अगे सरेंडर कर देंगे, तेनों उतों भजन नहीं सी चाहिए। असी कानून के दायरे च रह के लड़ांगे। लड़ना तो मैं रिंग च छड्डे आया सी कोसा, जित हार खिडारियों लई हुंदी है, मरना मारना मुजरमां लई। कानून नूं मैं मरिया नहीं थिआउंदा, ते मरना मेरे लेख नहीं। मेरा भाणजा जी राजदीप अपनी मां नाल मेरे कोल रहिंदा। इहदी मां ने बेचारी ने काल कट्टिया जी, घर वाला शराब च बीत गया ते वड्डा मुंडा बदमाशी च। बस हुण ना जपदी है ते दिन कटदी है। राजदीप उहदे अख नहीं लगदा ते ना ही मेरी गल सुणदा। ची आईआं करदा घर च भी, स्कूल च भी, पिंड च भी। हुण जे इहनूं किसे हारे नाल लाया ते इह भी अपने भरा वांग अपनी ते अपनी मां की जिंदगी उजाड़ लू। घरों च मेहरबानी। किहड़ी क्लास च पढ़ता राजदीप? छेवीं च। स्कूले च लगता तुसी रैसलिंग सिखाने हो? रैसलिंग बहुत पसंद है। मां घरे वेखण नहीं दिंदी, बिंदर दे घरे वेखदा। अजे कोई आया नहीं लड़न। ये बॉक्सिंग है बच्चे, ये लड़ी नहीं खेडी जांदी है। सट ता बाजी दी हो। हाँ कदे कदाई माड़ी मोटी। तुहाडिआं नूं भी सट खाण वालिआं नूं तुसीं की सजा दिंदे हो? मैं सजा नहीं दिंदा बच्चे, मैं तां खेड सिखाउंदा। मेरा बाई तां बहुत कुटदा सी जदों मैं सट खां आंदा सी। ਬਾਈ ਨੂੰ ਬੱਲੀਆਂ ਪਿੰਡ ਦੇ ਦੋ ਮੁੰਡਿਆਂ ਨੇ ਅੱਠ ਗੋਲੀਆਂ ਮਾਰ ਕੇ ਕਤਲ ਕਰਤਾ ਸੀ। ਬੌਕਸਿੰਗ ਸਿੱਖ ਕੇ ਕੀ ਮੈਂ ਉਹਨਾਂ ਨੂੰ ਮਾਰਨ ਜੋਗਾ ਹੋ ਜੂ? ਲਾ ਫੋਨ। ਉਹ ਚੱਕ ਲੈ ਹੁਣ। ਕੀ ਕਹਿੰਦਾ? ਉਹ ਇੱਕ ਟੈਕਸੀ ਵਾਲੇ ਨੇ ਅੱਡ ਲਹੂ ਪੀਤਾ ਯਾਰ, ਮੇਰੇ ਤੋਂ ਪੱਥਰ ਤੇ ਲਿਖਵਾ ਲੈ, ਕਰੀਮਾਂ ਚੱਸ ਦਊ। ਹਾਂ ਉੱਤੋਂ ਜਾ ਕੇ ਫੜਦੇ ਆ। ਚੱਲ ਚੱਲ ਆ ਜਾ। ਓ भाई 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 भैया हेलो सर, पाठ कर रहे ने। कैंपस च
दो मुंडियां दी लाशां मिलियां ने। देख रहे हैं जहां दो खिलाड़ियों की लाशें लटकी हुई पाई गई हैं। इस कदर बेरहम कत्ल शायद ही आपने पहले कहीं देखा होगा। ऑस्ट्रेलिया में होने वाले कॉमनवेल्थ को जा रहे बलजीत सिंह को जहां करीब 30 फीट की ऊंचाई से लटकाया गया है, वहीं दूसरी ओर देवेंद्र नाम के स्टेट डिस्कस चैंपियन को करीब 250 फीट की ऊंचाई के एक स्टेडियम के ऊपर से। पुलिस का कहना है कि कल कोर्ट से फरार हुआ क्रिमिनल रॉकी इन दोनों कत्लों के पीछे है। पूछने पर पटियाला एसएसपी ने भरोसा जताया है कि आज शाम तक मुजरिम हिरासत में ले लिया जाएगा। मनिंदर बाई ने सारे बंदे रॉकी नु लब्बण ते लाए हुए ने। मनिंदर कित्थे आ? बाहर ने। मनिंदर कल व्याह है तेरा, कर पहुंच पुत। श्रीका भाईचारा उड़ीकता होगा। उन्होंने आखे भाई उड़ीक रखन। मनिंदर ने अज वैरी मार, सारी रात भंगड़ा पाना। कि तू कुछ बोलता क्यों नहीं? हाथ अड़ ले लड़ियां काट रहे हैं। आज तैनू ही नहीं सुन दिया। तैनू मेरी सौ लगे, मैनू किते ले जा, मैं मर जूंगी, मैं मनिंदर नाल नहीं व्याह कराना। तेरा एक सिर मड़े अल्जाम नहीं ला हुंदा, तेरा कातल नहीं बन होना। रॉकी आई एम सो सॉरी। तेरे कॉलेज च मैनू एक नां नाल बुलाउंदे सी, तैनू पता ना क्यों बुलाउंदे सी। गोत मिटा लो, चार जने रल के साले एक नू मार देने, ऐसे होंदे ने जट, ते ऐसा होंदा जट्टां दा वैर। कचहरियां दे फैसले किते टकदे ने, मौत दे फरमान सिर्फ दुश्मनां दे मुंहों कबूलदे ने। साड़े वो कितने जीव तो नहीं चढ़ा पड़ती? साड़ा चू चू भी नहीं करता। जगता तू कुत्ते वाली सुटना, टुकना तेरा अजे भी कतूरे वाला ही। जट बना कड़ीके जाके भी साले की धौन ची है,
ਓਏ ਪੋਰਾ ਤਾਂ ਧੌਣ ਚੁਕਾ ਕੇ ਸ਼ਰਮ ਮੰਨ ਲੈ ਮਿੰਟ ਲਾ, ਨਾਲੇ ਗਾਟਾ ਸਾਫ ਲੈ ਜਾਓ। ਕੌਣ ਕੜਿੱਕੀ 'ਚ ਆਉਂਦਾ ਤੇ ਕੌਣ ਲਿਆਉਂਦਾ, ਸਭ ਨਜ਼ਰੀਏ ਦਾ ਫਰਕ ਹੈ। ਧੌਣ ਚੁਕਾ ਖੁਰਾ ਸੁੰਘਦਾ, ਤੂੰ ਆਇਆ ਮੇਰੇ ਕੋਲ ਮੌਤ ਦੇ ਫਰਮਾਨ ਹੱਥੀ ਲੈਣ। ਆਪਣੇ ਭਾਈ ਦੀ ਚਿਖਾ ਨੂੰ ਮੈਂ ਅੱਗ ਨਹੀਂ ਸੀ ਦੇ ਪਾਇਆ। ਲੈ ਚੱਕ, ਤੇਰੇ ਨੂੰ ਲਾਂਬੂ ਲਾ ਤਾ। ਤਿੰਨੇ ਮਾਰ ਦਿਓ। ਖੜ, ਕੁੜੀ ਨੂੰ ਮੇਰੇ ਕੋਲ ਲੈ ਕੇ ਆਓ।
ਮੇਰੀਆਂ ਦਿਲ ਭਰੀਆਂ ਉਡੀਕਦੀ ਸੀ। ਰਸਤੀਆਂ ਸੱਟਾਂ ਤੇ ਮਲਮ ਨਹੀਂ ਦਵਾ ਰਹੀ। ਰੌਕੀ! ਛੋਟਾ ਵੀ ਇਸੇ ਤਰ੍ਹਾਂ ਹੀ ਹੱਟ ਕਰਦਾ ਸੀ। ਰੌਕੀ! ਛੋਟੇ ਦੀਆਂ ਚੰਗਿਆੜਾਂ ਹਨੇਰੇ ਚ ਕੂਕ ਰਹੀਆਂ ਨੇ। ਜਿਹੋ ਜਿਹਾ ਤੂੰ ਜੱਟ, ਉਹੋ ਜਿਹਾ ਮੈਂ ਜੱਟ। ਕੱਲ੍ਹ ਦਾ ਚੜ੍ਹਦਾ ਦਿਨ ਮੈਂ ਇਹਦੀ ਰਾਤ ਨਾ ਲਿਪਾਂਗਾ। ਬਚਾ ਸਕਦਾ ਤਾਂ ਬਚਾ ਲਾ। ਹੱਡਾਂ ਤੋਂ ਮਾਸ ਚੁੰਡਣ ਨੂੰ ਮੇਰੇ ਆਲੇ ਵੀ ਕਾਲੇ ਹੈ। ਰੌਕੀ ਹੋਏ ਦਿਲਾ, ਇੰਡੀਆ ਸਟਾਰ ਦੀ ਜਾਨ ਹੈ ਜਾਨੇ ਮੇਰੀ, ਕਿਤੇ ਨਹੀਂ ਨਿਕਲਦੀ। ਬਸ ਪ੍ਰੀਤ, ਹੁਣ ਹੋਰ ਨਹੀਂ। ਉਸ ਰਾਤ ਤੋਂ ਬਾਅਦ ਕਦੇ ਰੌਕੀ ਨੇ ਕੰਟੈਕਟ ਕਰਿਆ
या कि तो होर ओदी कोई खबर कि तुम योदे बारे कुछ पता नहीं लग रहा। कल रात पुलिस ने फायरिंग चेक मुंडा मारिया, पुलिस उसकी बारी नहीं शो कर रही। पुलिस नो रॉकी मरिया नहीं थ्यांदा, ते मरना मेरे लेख नहीं, ते मरना उदे लेख नहीं। इंडिया फिर तक चैंपियन। ओ यार जिगरी ओ जिगर दे टूटिया, गल हथ थले कर ओए तू छूटिया। ओ यार जिगरी ओ जिगर दे टूटिया, गल हथ थले कर ओए तू छूटिया। सरकारी पर नोट जहे नाल खड़े ने, ओए खड़े ने बंदूक कीती लोड वरगे नी नाल खड़े ने, खड़े ने बंदूक कीती लोड वरगे नी यार खड़े ने। ओए की औती दी जमीन वांगू तू मिल गई है, तड़के तुरा मैं पहला ही नहीं दबदा। हस्ती की हवा देवी वाल जाग जुआ, तेलों तेरा तक दा सहारा रबदा। हस्ती की हवा देवी वाल जाग जुआ, तेलों तेरा तक दा सहारा रबदा। ओए ता मालक दी सच्ची तकी ओट वर्गे नी नाल खड़े ने, ओए खड़े ने बंदूक कीती लोड वर्गे नी नाल खड़े ने, खड़े ने बंदूक कीती लोड वर्गे नी यार खड़े ने। रब राजी रखे मस्त ही रही दा, बहुता बोले जे लपेट साला दई दा। लगे जंदियां दे टुटे ना, तोड़ वर्गे नी नाल खड़े ने, ओए